ਜਾਸਤੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਸਾਲ 2014 ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਸੀਗਾ ਤੇ ਉਸ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਲਹਿਰ ਆਈ ਸੀ ਮੋਦੀ ਨਾਮ ਦੀ ਲਹਿਰ ਤੇ ਉਸ ਲਹਿਰ ਦੇ ਵਿਚਾਲੇ ਵਿਰੋਧੀ ਤੇ ਰਚੜੀ ਉਹ 44 ਤੇ ਜਾ ਕੇ ਸਿਮਟ ਗਈ ਸੀ ਇਸ ਲਹਿਰ ਦੇ ਨਾਲ ਨਾਲ ਕਈ ਹੋਰ ਸੂਬੇ ਵਿੱਚ ਵੀ ਲਹਿਰ ਆਈ ਉੱਥੇ ਵੀ ਭਾਜਪਾ ਦੀਆਂ ਸਰਕਾਰਾਂ ਬਣੀਆਂ ਤੇ ਹੁਣ 2019 ਆ ਚੁੱਕਿਆ 5 ਸਾਲਾਂ ਦੇ ਵਿੱਚ ਬਹੁਤ ਕੁਝ ਬਦ ਚੁੱਕਿਆ ਹੈਗਾ ਮੋਦੀ ਲਹਿਰ ਚੋਂ ਕੀ ਮੁਕਿਆ ਤੇ ਕੀ ਬਾਕੀ ਹੈਗਾ ਸਾਡਾ ਸਵਾਲ ਇੱਕੋ ਹੀ ਹੋਵੇਗਾ 2019 ਵਿੱਚ ਕਿਹੜੀ ਲਹਿਰ 2019 ਦੀਆਂ ਲੋਕ ਸਭਾ ਚੋਣਾਂ ਤੇ ਲੋਕਾਂ ਕੀ ਕਿਹੜੀ ਲੜਾਈ ਹੈ ਕੀ ਇਹ ਪਹਿਲਾਂ ਲੜਾਈ ਦੇਖ ਲਓ 2019 ਦੇ 19 ਮੁੱਦੇ ਤੁਹਾਡੇ ਸਾਹਮਣੇ ਰੱਖਨੇ ਆ ਰਾਸ਼ਟਵਾਦ ਸਰਹੱਦ ਤੇ ਸੁਰੱਖਿਆ ਇਹ ਫਟਾਫਟ ਮੈਂ ਦੱਸ ਦੂੰਗਾ ਤੇ ਉਸ ਫਟਾਫਟ ਦੇ ਵਿੱਚ ਤੁਹਾਨੂੰ ਸਮਝ ਆ ਜਾਏਗਾ ਕਿਹੜੇ ਮੁੱਦੇ ਦਾ ਜ਼ਿਕਰ ਹੋ ਰਿਹਾ ਕਿਹੜਾ ਨਹੀਂ ਹੋ ਰਿਹਾ ਹਿੰਦੂਤਵ ਰਾਮ ਮੰਦਰ ਰਾਖਵਾ ਕਰਨ ਚੌਕੀਦਾਰ ਚੋਰ ਹੈ ਮੈਂ ਵੀ ਚੌਕੀਦਾਰ ਹਾਂ ਘਟ ਗਿੰਦਿਆਂ ਦੇ ਮੁੱਦੇ ਜੀਐਸਟੀ ਨੋਟਬੰਦੀ ਕਿਸਾਨੀ ਪਾਣੀ ਹਾਲਾਕੇ ਕਈ ਮੁੱਦੇ ਦਾ ਜ਼ਿਕਰ ਹੀ ਨਹੀਂ ਹੋ ਰਿਹਾ ਕਿ ਪਤਾ ਨਹੀਂ ਮੈਂ ਇੱਥੇ ਕਿਉਂ ਕਰਦਾ ਪਿਆ ਨੋਟਬੰਦੀ ਕਿਸਾਨੀ ਪਾਣੀ ਸਨਤ ਸਿੱਖਿਆ ਸਿਹਤ ਗਰੀਬੀ ਬ ਇਹ ਇਹੋ ਜਿھے ਕਈ ਮੁੱਦੇ ਹੈ ਕਿ ਆ ਜਨਾ ਜ਼ਿਕਰ ਹੋਣਾ ਬੰਦਾ ਲੋਕਾਂ ਕੇ ਕਿਹੜੀ ਲੜਾਈ ਹੈ ਅਸੀਂ ਇਸ ਤੇ ਸਵਾਲ ਕਰਾਂਗੇ ਕਿ ਕਿਹੜੀ ਲਹਿਰ ਬਾਕੀ ਹੈ ਕਿ ਸਵਾਲ ਕਿਉਂ ਪછાਗੇ ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਲੋਕ ਸਭਾ ਚੋਣਾ ਵਿੱਚ ਕਿਸ ਮੁੱਦੇ ਤੇ ਵੋਟ ਪਾਏਗਾ ਭਾਰਤ ਇਸੇ ਮੁੱਦੇ ਤੇ ਡਿਬੇਟ ਕਰਾਂਗੇ ਖਾਸ ਪੈਨਲ ਸਾਡਾ ਮੌਜੂਦ ਹੈਗਾ ਉਹਨਾਂ ਦਾ ਤਾਰਫ ਕਰਾ ਰਿਹਾ ਹੈ ਪ੍ਰੋਫੈਸਰ ਮਜੀਤ ਸਿੰਘ ਪੋਲੀਟিক্যাল ਐਨਾਲਿਸਟ ਦੇ ਤੌਰ ਤੇ ਸਾਡੇ ਮੌਜੂਦ ਰਹਿਣਗੇ ਸਿਆਸੀ ਜਾਣਕਾਰ ਪ੍ਰਸ ਮਜੀਤ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ ਹਰਜੀਤ ਸਿੰਘ ਪੁਲਰ ਪਾਤੀ ਜਨਤਾ ਪਾਰਟੀ ਬੁਲਾਰੇ ਪੁਲਰ ਸੋ ਤੁਹਾਡਾ ਬਹੁਤ ਸਵਾਗਤ ਹੈ ਡਾ 817 ਸੰਧੂ ਕਾਂਗਰਸ ਬੁਲਾਰੇ ਡਾ 817 ਤੁਹਾਨੂੰ ਤੁਹਾਡਾ ਬਹੁਤ ਸਵਾਗਤ ਹੈ ਰਜੀਵ ਜਾਰਾ ਸਵਰਾਜ ਇੰਡੀਆ ਦੇ ਬੁਲਾਰੇ ਆ ਰਜੀਵ ਜਾਰਾ ਤੁਹਾਡਾ ਬਹੁਤ ਸਵਾਗਤ ਸਭ ਤੋਂ ਪਹਿਲਾ ਸਵਾਲ ਹਰਜੀਤ ਪੁਲਰ ਤੁਹਾਨੂੰ ਕਰਾਂਗਾ ਹਰਜੀਤ ਪੁਲਰ ਮੁੱਦਾ ਕਿਹੜਾ ਹੈਗਾ ਜਿਸ ਮੁੱਦੇ ਤੁਸੀਂ ਇਲੈਕਸ਼ਨ ਲੜ ਰਹੇ ਹੋ ਦੇਖੋ ਸਾਡਾ ਤਾਂ ਬੜਾ ਸਪਸ਼ਟਾ ਮੁੱਦਾ ਹੈ ਕਿ ਜੋ ਅਸੀਂ 5 ਸਾਲ ਅਸੀਂ ਡਵੈਲਪਮੈਂਟ ਕਰਕੇ ਦਿਖਾਈ ਹੈ ਚਾਹੇ ਉਸ ਵਸ਼ ਪਾਰਦੇ ਨਾਤੇ ਦੇ ਕੀਤੀ ਚਾਹੇ ਡਵੈਲਪਮੈਂਟ ਕੀਤੀ ਦਾ ਕਾਜ਼ਾ ਜੰਡਾ ਸਾਡਾ ਹੈਗਾ ਔਰ ਦੂਸਰਾ ਰਾਸ਼ਟਰਵਾਦ ਆ ਜਾਂਦਾ ਸਾਡੇ ਦੋ ਹੀ ਜਾਂਦੇ ਨੇ ਔਰ ਉਹਨਾਂ ਦਾ ਜੰਡਾ ਤੇ ਅਸੀਂ ਜਿਹੜੀ ਹੈ ਇਲੈਕਸ਼ਨ ਦੇ ਵਿੱਚ ਮੋਦੀ ਲਹਿਰ ਹੈ ਕਿ ਨਹੀਂ ਦੇਖੋ ਮੋਦੀ ਲਹਿਰ ਅੱਜ ਵੀ ਹੈਗੀ ਹੈ ਅੱਜ ਵੀ ਤੁਸੀਂ ਕਿਤੇ ਵੀ ਜਾਓ ਤੁਸੀਂ ਮੋਦੀ ਜੀ ਦਾ ਅੱਜ ਵੀ ਕੋਈ ਇਹ ਅੱਜ ਪਹਿਲਾਂ ਤਾਂ ਹਿੰਦੁਸਤਾਨ ਚ ਹੀ ਲਹਿਰ ਸੀ ਲੇਕਿਨ ਅੱਜ ਪੂਰੇ ਵਰਲਡ ਦੇ ਵਿੱਚ ਲਹਿਰ ਜਿਹੜੀ ਹੈ ਮੋਦੀ ਦੀ ਲਹਿਰ ਹੈ ਜਿੱਥੇ ਮਰਜੀ ਇਲੈਕਸ਼ਨ ਲੜ ਲੈਣ ਇਲੈਕਸ਼ਨ ਲੜਨ ਦੀ ਗੱਲ ਨਹੀਂ ਹੈਗੀ ਤੁਸੀਂ ਇੱਕ ਲੀਡਰ ਦੀ ਜਿਹੜੀ ਹੈ ਆਇਡੈਂਟੀ ਜਿਹੜੀ ਜਿਹੜੀ ਹੁੰਦੀ ਹੈ ਮੈਂ ਉਹਦੀ ਗੱਲ ਕਰ ਰਿਹਾ ਕਿ ਅੱਜ ਆਇਡੈਂਟੀਫਿਕੇਸ਼ਨ ਹੈਗੀ ਹੈ ਕਿ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਕੌਣ ਹੈ ਅੱਜ ਸਾਰੇ ਵਰਲਡ ਨੂੰ ਪਤਾ ਹੈ ਕਿ ਪ੍ਰਾਈਮ ਮਿਨਿਸਟਰ ਕੌਣ ਹੈਗਾ ਪਹਿਲਾਂ ਵਰਗੂ ਨਹੀਂ ਹੈਗਾ ਵੀ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਜਿਹੜਾ ਕਿਤੇ ਵੀ ਜਾ ਕੇ ਆ ਜੇ ਤਾਂ ਪਤਾ ਹੀ ਨਹੀਂ ਹੁੰਦਾ ਸੀ ਉਹ ਪ੍ਰਾਈਮ ਮਿਨਿਸਟਰ ਕੌਣ ਹੈ ਹਮ ਵਿਕਾਸ ਦਾ ਏਜੰਡਾ ਤੇ ਰਾਸ਼ਟਵਾਦ ਦਾ ਏਜੰਡਾ ਦੋ ਝੰਡੇ ਤੁਹਾਡੇ ਬਿਲਕੁਲ ਦੋ ਝੰਡੇ ਇਹਨਾਂ ਚੋਂ ਵੱਡਾ ਕਿਹੜਾ ਏਜੰਡਾ ਤੁਹਾਡੇ ਲਈ ਦੇਖੋ ਜੀ ਸਭ ਤੋਂ ਵੱਡਾ ਝੰਡਾ ਵਾਲਾ ਸਾਰਾ ਵਿਕਾਸ ਦਾ ਹੈ ਦੂਸਰਾ ਰਾ ਯੰਡਾ ਨਹੀਂ ਹੈ ਮੋਦੀ ਜਿਹੜੀ ਹੈ ਮੋਦੀ ਲਹਿਰ ਹੈ ਮੋਦੀ ਲਹਿਰ ਡੜ ਤਰ ਸੰਦੂ ਜੀ ਇਸ ਲਹਿਰ ਦੇ ਅਗੇ ਤੁਸੀਂ ਖਤਮ ਪਹਿਲੀ ਗੱਲ ਤਾਂ ਉਹਦੇ ਵੀ ਖਤਮ ਤੁਸੀਂ ਵੀ ਖਤਮ ਪਹਿਲੀ ਗੱਲ ਤਾਂ ਮੈਂ ਇਹਨਾਂ ਨੂੰ ਇਹ ਦੱਸ ਦਿਆਂ ਵੀ ਇਹ ਕਹਿੰਦੇ ਆ ਵੀ ਵਰਲਡ ਦੇ ਵਿੱਚ ਮੋਦੀ ਦਾ ਉਹ ਹੈ ਉਹਨਾਂ ਨੇ 84 ਦੇਸ਼ਾਂ ਦਾ ਦੌਰਾ ਕੀਤਾ ਤੇ 1384 ਕਰੋੜ ਰੁਪਈਆ ਲਾ ਕੇ ਵੀ ਅਜੇ ਤੱਕ ਅੰਤਰਰਾਸ਼ਟਰੀ ਕਿਸੇ ਮੰਚ ਦੇ ਜਿਵੇਂ ਗੋਟਨਰ ਲੇਪ ਲਹਿਰ ਦੀ ਸ਼੍ਰੀਮਤੀ ਇੰਦਰਾ ਗਾਂਧੀ ਸੀ ਜਾਂ ਪੰਜਸ਼ੀਲ ਦਾ ਪੰਡਤ ਜਵਾਲਨ Nehru ਸੀ ਜਾਂ ਰਜੀਵ ਗਾਂਧੀ ਸੀ ਗੋਟਨਰ ਲੇਪ ਲਹਿਰ ਦਾ ਇਹੋ ਜਿਹਾ ਕਿਸੇ ਇੱਕ ਮੰਤਰੀ ਅਦਾਰੇ ਦੇ ਵਿੱਚ ਉਹਨਾਂ ਨੂੰ ਸਨਮਾਨਯੋਗ ਸਥਾਨ ਉਸ ਲੈਵਲ ਦਾ ਨਹੀਂ ਮਿਲਿਆ ਨੰਬਰ 1 ਦੂਸਰੀ ਗੱਲ ਲਹਿਰ ਦੋ ਕਿਸਮਾਂ ਨਾ ਪੈਦਾ ਹੁੰਦੀ ਇਕ ਤਾਂ ਜਾਂਤਾ ਲਹਿਰ ਪੈਦਾ ਹੁੰਦੀ ਆ ਕਿਸੇ ਚੀਜ਼ ਦੀ ਬਹੁਤ ਵੱਡੀ ਲਹਿਰ ਹੈ ਲਹਿਰ ਹੈ ਪਹਿਲਾਂ ਮੈਨੂੰ ਪਹਿਲਾਂ ਇਹਨੂੰ ਇੱਕ ਚੀਜ਼ ਕਲੀਅਰ ਕਰ ਦੋ ਉਸ ਤੋਂ ਬਾਅਦ ਮੈਂ ਅੱਗੇ ਤੁਰੂੰਗਾ ਲਹਿਰ ਹੈਗੀ ਆ ਕੋਈ ਨਹੀਂ ਲਹਿਰ ਨਹੀਂ ਕਿਸੇ ਕਿਸੇ ਲਹਿਰ ਨਹੀਂ ਰਾਹੁਲ ਗਾਂਧੀ ਦੀ ਲਹਿਰ ਹੈ ਨਹੀਂ ਅਜੇ ਮੈਂ ਨਾ ਮੋਦੀ ਲਹਿਰ ਨਾ ਰਾਹੁਲ ਗਾਂਧੀ ਲਹਿਰ ਮੈਂ ਦੱਸਦਾ ਨਾ ਲਹਿਰ ਹੈ ਕਿਹੜੀ ਆ ਫਿਰ ਉਸ ਹੁਣ ਜੇ ਗੱਲ ਕਰਨ ਬੋਲੋ 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 ਲਹਿਰ ਜਾਂਤਾ ਬਹੁਤ ਵੱਡੀ ਪ੍ਰਾਪਤੀ ਨਾ ਪੈਦਾ ਹੁੰਦੀ ਆ ਹੱਕ ਚ ਲਹਿਰ ਜਾਂ ਕਿਸੇ ਚੀਜ਼ ਪ੍ਰਤੀ ਬਹੁਤ ਨਫ਼ਰਤ ਪੈਦਾ ਹੋ ਜੇ ਉਦੋਂ ਲਹਿਰ ਪੈਦਾ ਹੁੰਦੀ ਆ ਫਾਰ ਐਗਜ਼ੈਂਪਲ ਜਦੋਂ ਆਜ਼ਾਦੀ ਦੀ ਜੰਗ ਜਿੱਤੀ ਕਾਂਗਰਸ ਦੇ ਹੱਕ ਚ ਲਹਿਰ ਸੀ ਜਦੋਂ ਆਹਾ ਆਇਆ ਐਮਰਜੈਂਸੀ ਲਈ ਕਾਂਗਰਸ ਪਾਰਟੀ ਨੇ 77 ਦੀਆਂ ਚੋਣਾਂ ਹੋਈਆਂ ਉਹਦੇ ਚ ਕਾਂਗਰਸ ਦੇ ਖਿਲਾਫ ਲਹਿਰ ਸੀ ਠੀਕ ਹੈ ਜਦੋਂ ਮੰਡਲ ਕਮਿਸ਼ਨ ਜੇਬ ਆਇਆ ਉਹਦੇ ਤੇ ਦੂਜਿਆਂ ਦੀ ਮਤਲਬ ਰੋਸ ਦੀ ਲਹਿਰ ਸੀਗੀ ਇਸੇ ਤਰ੍ਹਾਂ ਜਦੋਂ ਬੰਗਲਾਦੇਸ਼ ਬਣਿਆ ਜਾਂ ਗਰੀਬੀ ਹਟਾਓ 1971 ਦਾ ਉਦੋਂ ਸ਼੍ਰੀਮਤੀ ਇੰਦਰਾ ਗਾਂਧੀ ਦੇ ਹੱਕ ਚ ਨਹਿਰ ਸੀ ਹੁਣ ਜਿਹੜੀ ਲਹਿਰ ਹੈ ਉਹ ਮੈਂ ਸਮਝਦਾ ਵੀ ਉਹ ਲਹਿਰ ਲੂਰ ਵਰਗੀ ਕੋਈ ਗੱਲ ਨਹੀਂ ਗਈ 1971 ਦਾ ਅਫਸੋਸ ਹੈ ਨਾ ਤੁਸੀਂ ਵਿਰੋਧੀ ਧਿਰ ਵਿੱਚੋਂ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਗਰੀਬੀ ਬਚਾਓ ਇੱਕ ਲਹਿਰ ਹੋ ਸਕਦੀ ਹੈ ਜੇ ਕਾਂਗਰਸ ਸਾਹਿਬ ਤਾਂ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਤੁਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਨੋਟਬੰਦੀ ਦੀ ਨਿੰਦੇ ਹੋ ਨੋਟਬੰਦੀ ਦੇ ਖਿਲਾਫ ਕਾਂਗਰਸ ਇੱਕ ਲਹਿਰ ਖੜੀ ਕਰ ਸਕਦੀ ਹੈ ਮੈਂ ਤਾਂ ਤੁਹਾਨੂੰ ਪੂਰਾ ਮੌਕਾ ਦੇ ਰਿਹਾ ਕੁਈ ਤਾਂ ਸਿਰਫ ਚਿਹਰਿਆਂ ਦੀ ਰਾਜਨੀਤੀ ਕਰਦੇ ਪਿਓ ਤੁਸੀਂ ਇੰਦਰਾ ਨਾਮ ਨਾਲੇ ਹਰਜੀਵ ਗੰਦੇ ਦਾ ਜ਼ਿਕਰ ਕਰ ਲਿਆ ਮੋਦੀਆ ਜ਼ਿਕਰ ਕਰ ਲਿਆ ਰਾਹੁਲ ਗੰਦੇ ਜ਼ਿਕਰ ਕਰ ਲਿਆ ਚਿਹਰੇ ਸੱਸ ਜੁਲ ਜੇ ਪਿਆ ਮੈਂ 5 ਸਾਲਾਂ ਤੇ ਤਾਂ ਇਹ ਨਹੀਂ ਮੈਂ ਤਾਂ ਤੁਹਾਨੂੰ ਲਹਿਰ ਤੇ ਨੂੰ ਪ੍ਰਭਾਸ਼ਿਤ ਕੀਤਾ ਜੀ ਵੀ ਲਹਿਰ ਕੀ ਹੁੰਦੀ ਹੈ ਤੇ ਉਹਨਾਂ ਸਾਲਾਂ ਵਿੱਚ ਵੀ ਤੁਸੀਂ ਦੱਸਿਆ ਨਹੀਂ ਕੋਈ ਇਹੋ ਜੀ ਲਹਿਰ ਹੈਗੀ ਹੈ ਗਰੀਬੀ ਤੇ ਗਰੀਬੀ ਦੇ ਖਿਲਾਫ ਕੋਈ ਲਹਿਰ ਖੜੀ ਹੋਈ ਹੋਵੇ 77 ਚ ਹੋਈ ਇਹ ਤਾਂ ਮੇਰਾ ਨਾਕਾਮੀ ਹੈ ਨਾ ਵਿਰੋਧੀ 13 ਦੀ ਨਾਕਾਮੀ ਹੈ ਇਹ 77 ਚ ਹੋਈ ਬਹੁਤ ਵੱਡੀ ਲਹਿਰ ਸੀ 77 ਚ ਕਾਦੀ ਲਹਿਰ ਸੀ ਰਾਜਿਆਂ ਦੇ ਪ੍ਰਤੀ ਕਾਦੀ ਲਹਿਰ ਸੀ 77 ਚ ਬੈਂਕਾਂ ਨੂੰ ਨੈਸ਼ਨਲਾਈ ਤੇ ਤੇ ਉਹ ਕੇ ਬੰਗਲਾਦੇਸ਼ ਬਣਿਆ ਔਰ ਬਿਨਾ ਲਹਿਰ ਤੋਂ ਬਣ ਗਿਆ ਪਾਕਿਸਤਾਨ ਦੀ ਲਹਿਰ ਸੀ ਨਹੀਂ ਅੱਜ ਦੀ ਵੈਕਸਾ ਦੀ ਲਹਿਰ ਹੈ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਦਾਰਾ ਸੰਧੂ ਮੈਂ ਨਹੀਂ ਕਹਿ ਰਿਹਾ ਅੱਜ ਦੀ ਉਹ ਤੋਂ ਉਹ ਤੋਂ ਅੱਜ ਅੱਜ ਹੈ ਪਾਕਿ ਅੱਜ ਪਾਕਿਸਤਾਨ ਦੇ ਨਾਮ ਤੇ ਲਹਿਰ ਛਿੜੀ ਜਾ ਰਹੀ ਹੈ ਕੋਈ ਲਹਿਰ ਨਹੀਂ ਇਸ ਨਾਤੇ ਤੇ ਦੂਜਾ ਨਾ ਇਹ ਨਾ ਸਰਜੀਕਲ ਸਿਕਾਈ ਕਿ ਨਾਲ ਕੋਈ ਰਾਸ਼ਟਰਵਾਦ ਇਹ ਇਸ਼ੂ ਨਹੀਂਗਾ ਪ੍ਰਸਮ ਜੀਸ ਪ੍ਰਸਮ ਜੀਸ ਲਹਿਰ ਕੋਈ ਹੈਗੀ ਆ ਮੇਰਾ ਸਵਾਲ ਇਹ ਇਸ ਕਰਕੇ ਸੀਗਾ ਜੇ ਲਹਿਰ ਮੋਦੀ ਲਹਿਰ ਨਹੀਂ ਹੈਗੀ ਰਾਹੁਲ ਗਾਂਧੀ ਲਹਿਰ ਨਹੀਂ ਹੈਗੀ ਇਹਦਾ ਮਤਲਬ ਕਿਸੇ ਮੁੱਦੇ ਦੀ ਲਹਿਰ ਤਾਂ ਹੈਗੀ ਆ ਕਿ ਨਹੀਂ ਹੈਗੀ ਦੇਖੋ ਇਹ ਚੇਰਿਆਂ ਦੀ ਲਹਿਰ ਤੇ ਨਹੀਂ ਹੈਗੀ ਪਰ ਲੋਕੀ ਜਿਹੜੇ ਵੋਟਾਂ ਪਾਉਣਗੇ ਨਾ ਕੇਪੀ ਸਿੰਘ ਉਹ ਜੋ ਵਾਅਦੇ ਕੀਤੇ ਸੀ ਸਭ ਦਾ ਸਾਥ ਸਭ ਦਾ ਵਿਕਾਸ ਔਰ ਭ੍ਰਿਸ਼ਟਾਚਾਰ ਤੋਂ ਮੁਕਤ ਦੇਸ਼ ਭ੍ਰਿਸ਼ਟਾਚਾਰ ਇਕੱਲੀ ਇਹ ਨਹੀਂ ਕੋਲ ਸਕੈਮ ਇਹ ਸਕੈਮ ਉਹ ਜਿਹੇ ਬੜੇ-ਬੜੇ ਸਕੈਮ ਕੱਲਾ ਰਫਾਲ ਦਾ ਜਾਂ ਉਹਦੀ ਕੰਟਰੋਵਰਸੀ ਹੋ ਗਈ ਭ੍ਰਿਸ਼ਟਾਚਾਰ ਦਾ ਮਤਲਬ ਆਮ ਜਿਹੜਾ ਸੰਸਥਾਗਤ ਭ੍ਰਿਸ਼ਟਾਚਾਰ ਡੇਲੀ ਰੁਟੀਨ ਚ ਆਮ ਬੰਦਾ ਕਹੇਰਿਆਂ ਚ ਵੋਟਾਂ ਚ ਦਫਤਰਾਂ ਚ ਆਫਿਸ ਕਰ ਰਿਹਾ ਜਾ ਕੋਈ ਰਜਗਾਰ ਲੈਣ ਲਈ ਜਾਂ ਕੋਈ ਐਪਲੀਕੇਸ਼ਨ ਦੇਣ ਲਈ ਉਹ ਜਿਹੜਾ ਕਰ ਰਿਹਾ ਉਹ ਬਿਲਕੁਲ ਉਸੇ ਤਰ੍ਹਾਂ ਵਧੀਆ ਹੀ ਹੈ ਘਟਿਆ ਨਹੀਂ ਉਹਦਾ ਰੇਟ ਵਧਿਆ ਆ ਇਸ ਕਰਕੇ ਜਿਹੜਾ ਭ੍ਰਿਸ਼ਟਾਚਾਰ ਮੁਕਤ ਦੇਸ਼ ਦੀ ਲਹਿਰ ਚਲਾ ਕੇ ਜਿਹੜੀ ਲਹਿਰ ਤੇ ਚੜ ਕੇ ਮੋਦੀ ਜੀ ਆਏ ਸੀ ਉਹ ਤੇ ਲੋਕ ਪਾਲੇ ਜੇ ਹੁਣ ਉਹਨੂੰ ਸੌਂ ਚਕਾਈ ਜਾ ਉਹ 5 ਸਾਲ ਨਹੀਂ ਉਹਨੂੰ ਲੋਕ ਪਾਲੀ ਨਹੀਂ ਬਣਾਇਆ ਜਿਹਦੇ ਨਾਂ ਤੇ ਆਏ ਸੀ ਇਸ ਕਰਕੇ ਮੈਨੂੰ ਲੱਗਦਾ ਜਿਹੜੀ ਤੇ ਮੋਦੀਆਂ ਦੀ ਸਿਆਸਤ ਆ ਉਹਦੇ ਚ ਦੇ ਭਾਜਪੀ ਕੋਲ ਕੁਝ ਵੀ ਕਹਿਣ ਲਈ ਹੈ ਨਹੀਂ ਇਹੀ ਕਰਨੇ ਆ ਕਿ ਬਾਰ-ਬਾਰ ਕਦੀ ਉਹ ਬਾਲਾ ਘਟ ਜਾਂਦੇ ਬਾਲਾ ਘਟ ਜਾਂਦੇ ਆ ਕਦੀ ਕੋਈ ਹੋਰ ਕੋਈ ਇਹੋ ਜਿਹੇ ਮੁੱਦੇ ਲੱਭਦੇ ਆ ਕੱਲ ਜਿਹੜਾ ਉਹ 300 ਕਿਲੋਮੀਟਰ ਉੱਪਰ ਜਿਹੜਾ ਸ਼ਕਤੀ ਜਿਹੜੀ ਹੈ ਪ੍ਰਦਰਸ਼ਨ ਕੀਤਾ ਹਵਾਈ ਸ਼ਕਤੀ ਜਿਹੜੀ ਹੈ ਸਾਡੀ ਕਮਿਸ਼ਨ ਸ਼ਕਤੀ ਹਾਂ ਬਿਲਕੁਲ ਤੇ ਇਸ ਕਰਕੇ ਮੈਨੂੰ ਐਂ ਲੱਗਦਾ ਕਿ ਜਦੋਂ ਅਸੀਂ ਲੋਕ ਮੁੱਦਿਆਂ ਤੋਂ ਹਟ ਜਾਂਦੇ ਆ ਤੇ ਫਿਰ ਤੁਹਾਡੇ ਕੋਲੋ ਸਵਾਏ ਰਾਸ਼ਟਰਵਾਦ ਜਿਹੜੀ ਭੁੱਲਰ ਜੀ ਕਹਿੰਦੇ ਸਾਡੀ ਏਕਿਆ ਮੈਨੂੰ ਲੱਗਦਾ ਰਾਸ਼ਟਰਵਾਦ ਤੋਂ ਇਲਾਵਾ ਕੁਝ ਹੈ ਨਹੀਂ ਉਹਦੀ ਲਹਿਰ ਬਣਾਉਣ ਦੀ ਬਾਰ-ਬਾਰ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਕਿ ਲੋਕ ਇੱਕ ਪਾਸੇ ਰਹਿਣ ਲੋਕ ਮੁੱਦੇ ਇੱਕ ਪਾਸੇ ਰਹਿਣ ਹਾਲਾਂਕਿ ਤਾਂ ਕਿ ਕਾਮਯਾਬ ਨਹੀਂ ਹੋਏ ਮੈਂ ਨਿੱਕੀ ਜਿਹੀ ਗੱਲ ਇਹ ਦੱਸ ਦੇਣਾ ਕਿ ਇੱਥੋਂ ਜਦੋਂ ਕੱਲ ਇਹਨਾਂ ਨੇ ਅੰਤਰਿਕਸ਼ ਵਾਲੀ ਗੱਲ ਨੂੰ ਛੱਡਿਆ ਤਾਂ ਉਧਰੋਂ ਮਾਂ ਸੀਤਲਾ ਮਦਾ ਜਿਹੜਾ ਮੰਦਿਰ ਆ ਉਧਰੋਂ ਉਹਨਾਂ ਨੇ ਕਹਿ ਕੇ ਅਸੀਂ ਪਾਕਿਸਤਾਨ ਵਾਲੇ ਆ ਤੁਹਾਨੂੰ ਚਾਹੁੰਨੇ ਆ ਅਸੀਂ ਉਹ ਮੰਦਿਰ ਵੀ ਖੋਲਣਾ ਚਾਹੁੰਨੇ ਆ ਕਰਤਾਰਪੁਰ ਦੇ ਲਾਂਘੇ ਤੋਂ ਇਧਰ ਹਵਾ ਭਰਨ ਦੀ ਰਾਸ਼ਟਰਵਾਦੀ ਕੋਸ਼ਿਸ਼ ਕੀਤੀ ਜਾਂਦੀ ਆ ਉਧਰ ਉਹ ইমরান ਖਾਨ ਮਾੜੀ ਜੀ ਪੈਨ ਮਾਰ ਕੇ ਥੱਲੇ ਸੁੱਟ ਦਿੰਦਾ ਇਸ ਕਰਕੇ ਇਹ ਇੱਕ ਵਧੀਆ ਲੋਕਾਂ ਨੂੰ ਨਜ਼ਾਰਾ ਇਸ ਵਾਰੀ ਦੇਖਣ ਦਾ ਮਿਲ ਰਿਹਾ ਵੀ ਰਾਸ਼ਟਰਵਾਦੀ ਹਵਾ ਕਿਉਂ ਨਹੀਂ ਚੜ ਰਹੀ ਅਰਜੀ ਗੁਰਦਰ ਸਾਹਿਬ ਲਹਿਰ ਕਹਿੰਦੇ ਇੱਕ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਸਵਾਲ ਹੈ ਇਹ ਲਹਿਰ ਵੰਡਣ ਵਾਲੀ ਤਾਂ ਨਹੀਂ ਲਹਿਰ ਬਿਲਕੁਲ ਸਮਾਜ ਨੂੰ ਵੰਡਣ ਵਾਲੀ ਹੈ ਸਮਾਜ ਦੇ ਵਿੱਚ ਉਹਨਾਂ ਮੁੱਦਿਆਂ ਤੋਂ ਭਟਕਾਉਣ ਦੀ ਹੈ ਜਿਹੜੇ ਸਮਾਜ ਦੇ ਲੋਕਾਂ ਨੂੰ ਹਰ ਰੋਜ਼ ਪ੍ਰਭਾਵਿਤ ਕਰਦੇ ਨੇ ਤੁਸੀਂ ਜੀ 2014 ਚ ਲੋਟ ਜਾਈਏ ਤੁਸੀਂ ਕਿਹਾ ਸੁੰਨੇ ਸੀਗਾ ਭ੍ਰਸ਼ਟਾਚਾਰ ਤੇ aarop ਸੀ ਕਾਂਗਰਸ ਦੇ ਉੱਤੇ ਮੋਦੀ ਨਵੀਂ ਪਾਰਟੀ ਨਵਾਂ ਪ੍ਰਧਾਨ ਮੰਤਰੀ ਇੱਕ ਉਮੀਦ ਸੀਗੀ ਡੇਢ ਗੁਣਾ दाम ਕਿਸਾਨਾਂ ਦੀ ਫਸਲ ਦਾ ਦੇਾਂਗੇ ਇਹ ਵਾਦਾ ਸੀਗਾ ਭ੍ਰਸ਼ਟਾਚਾਰ ਖਤਮ ਕਰਾਂਗੇ ਇਹ ਵੀ ਵਾਦਾ ਸੀਗਾ ਇਹਨਾਂ ਹਾਲਾਤਾਂ 'ਚ ਬਣੀ ਹੁਣ ਹੁਣ ਜੇ ਉਹਨਾਂ ਦੀ ਸਮੀਖਿਆ ਕਰ ਲਈ ਆਪਾਂ ਹੁਣ ਕੀ ਹੈਗਾ ਰਾਫੇਲ ਹੈ ਰਾਫੇਲ ਦੇ ਉੱਤੇ aarop ਨੇ ਚੌਕੀਦਾਰ ਚੋਰ ਹੈ ਤੱਕ ਕਿਹਾ ਜਾ ਰਿਹਾ ਹੈ ਕਿਸਾਨ ਯੁਵਾ ਬਦਹਾਲ ਹੈ ਨਾਲ ਨਾਲ ਜਿੰਨੀ ਸੰਸਥਾਵਾਂ ਨੇ सीबीआई ਜੁਡੀਸ਼ਰੀ ਕੈਗ ਸਾਰਿਆਂ ਦਾ ਕਬਾੜਾ ਕਰ ਦਿੱਤਾ ਗਿਆ ਐਸ ਕਰਕੇ ਲਗਾਤਾਰ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿਸਾਨੀ ਦੀ ਗੱਲ ਨਹੀਂ ਹੋਏਗੀ ਬਲਕਿ ਬਾਲਾ ਕੋਰਟ ਦੇ ਵਿੱਚ ਅਸੀਂ ਕੱਲਾ ਸੁਰੱਖਿਆ ਦੇ ਨਾਂ ਤੇ ਇੰਨਾ ਸ਼ੋਰ ਮਚਾਇਆ ਜਾਏਗਾ ਉਹ ਗੱਲ ਹੋਏਗੀ ਕੱਲ ਜਿਹੜੀ ਅੰਤਰਿਕਸ਼ ਦੇ ਵਿੱਚ ਜਿਹੜੇ ਜਿਹੜਾ ਮੋਦਨ ਦਿੱਤਾ ਪ੍ਰਧਾਨ ਮੰਤਰੀ ਨੇ ਉਹਨੂੰ ਹੁਣ ਤੱਕ ਕੀ ਸੀ ਉਹ ਝੂਠ ਬੋਲਿਆ ਹੁਣ ਤੱਕ ਨਹੀਂ ਦੱਸਿਆ ਕਿ ਅਸੀਂ 2012 ਦੇ ਵਿੱਚ ਸક્ષਮ ਸੀਗੇ ਪਰ ਅਸੀਂ ਅਨਾਉਂਸ ਕੀਤਾ ਐਸੀ ਪ੍ਰੀਖਣ ਕੀਤਾ ਇਹ ਸੱਚ ਬੋਲਣਾ ਚਾਹੀਦਾ ਸੀ ਨਹੀਂ ਬੋਲਿਆ ਇਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਅਸਲ ਚ ਦਿੱਕਤ ਕਿੱਥੇ ਹੈ ਜਿਹੜੇ ਇਹਨਾਂ ਨੇ ਕਿਹਾ ਇਹਨਾਂ ਦਾ ਰਾਸ਼ਟਰਵਾਦ ਉਹ ਹੈ ਜਿਹਦੇ ਵਿੱਚ ਲਿੰਚਿੰਗ ਹੁੰਦੀ ਹੈ ਮੈਨ ਯੋਟਿਸ ਦੀ ਹਰਿਆਣਾ ਦੇ ਵਿੱਚ 2 ਦਿਨ ਪਹਿਲਾਂ ਹੋਈ ਉਸ ਤੋਂ ਪਹਿਲਾਂ ਥਾਂ ਥਾਂ ਹੋਈ ਇਹਨਾਂ ਦਾ ਰਾਸ਼ਟਰਵਾਦ ਜਰਮਨ ਦਾ ਰਾਸ਼ਟਰਵਾਦ ਹੈ ਇਸ ਦੇਸ਼ ਦੀ ਆਜ਼ਾਦੀ ਦੇ ਆંદੋਲਨ ਤੋਂ ਉੱਭਰੀ ਹੋਈ ਰਾਸ਼ਟਰਵਾਦੀ ਜਿਹੜੀ ਸਮਝ ਸੀ ਜਿਹੜੇ ਸਾਰੇ ਸਮਾਜ ਨੂੰ ਸਾਰੇ ਅਲੱਗ ਅਲੱਗ ਵਰਗਾਂ ਨੂੰ ਅਲੱਗ ਅਲੱਗ ਭਾਸ਼ਾ ਦੇ ਲੋਕਾਂ ਨੂੰ ਅਲੱਗ ਇਸ ਏਰੀਆ ਦੇ ਲੋਕਾਂ ਨੂੰ ਨਾਲ ਲੈ ਕੇ ਤੁਰਦੀ ਹੈ ਉਹ ਜਿਹੜੀ ਭਾਰਤ ਦੇ ਵਿਚਾਰ ਹੈ ਰਾਸ਼ਟਰਵਾਦ ਦਾ ਜਾਂ ਭਾਰਤ ਦੇ ਲੋਕ ਆਜ਼ਾਦੀ ਦੇ ਅੰਦੋਲਨ ਵਿੱਚ ਇਸ ਤਰ੍ਹਾਂ ਸਮਝਦੇ ਰਾਸ਼ਟਰਵਾਦ ਨੂੰ ਉਹਨੂੰ ਖਤਮ ਕਰਕੇ ਉਹ ਜਰਮਨ ਤੋਂ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਵਿੱਚ ਮੈਂ ਇਹ ਕਹਾਂਗਾ ਕਿ ਮੈਨੂੰ ਇਹ ਰਾਸ਼ਟਰਵਾਦ ਦਾ ਡਿਫੀਨੇਸ਼ਨ ਕੀ ਹੋਈ ਦੱਸ ਦਿਓ ਛੋਟਾ ਛੋਟਾ ਬ੍ਰੇਕ ਲੈ ਲਵਾਂਗਾ ਨਾ ਲੰਬਾ ਛੋਟਾ ਇਹਨੇ ਭਾਸ਼ਣ ਦਿੱਤਾ ਹੈ ਭਾਜਪਾ ਤੇ ਮੈਂ ਛੋਟਾ ਇਹ ਬ੍ਰੇਕ ਲੈ ਲਵਾਂ ਮੈਂ ਆ ਰਿਹਾ ਭੁੱਲਰ ਸਾਹਿਬ ਆ ਰਿਹਾ ਤੁਹਾਡੇ ਕੋਲ ਇੱਕ ਛੋਟਾ ਜਿਹਾ ਬ੍ਰੇਕ ਲਵਾਂਗਾ ਬ੍ਰੇਕ ਤੋਂ ਦੁਬਾਰਾ ਆਵਾਂਗਾ ਸਵਚ ਭਾਰਤ ਦੀ ਲਹਿਰ ਕਿ ਉਹਨੇ ਦੱਸੇ ਚੱਲ ਰਹੀ ਜੀਐਸਟੀ ਤੋਂ ਬਾਅਦ ਦੇਸ਼ ਵਿੱਚ ਆਰਥਿਕਤਾ ਦੇ ਵਾਧੇ ਕਦਮਾਂ ਦੀ ਲਹਿਰ ਕਿਉਂ ਨਹੀਂ ਦੱਸੀ ਜਾ ਰਹੀ ਨੋਟਬੰਦੀ ਤੋਂ ਬਾਅਦ ਪੱਥਰਵਾਜ਼ਾਂ ਨੂੰ ਰੋਕਿਆ ਕਿਹਾ ਦਸ਼ਕਗਰ ਦੀ ਖਤਮ ਹੋ ਗਈ ਉਹਦੀ ਲਹਿਰ ਕਿਉਂ ਨਹੀਂ ਦੱਸੀ ਜਾ ਰਹੀ ਚੁੱਲ੍ਹੇ ਜਿਹੜੇ ਦਿੱਤੇ ਗਿਆ ਔਰਤਾਂ ਨੂੰ ਤਿੰਨ ਤਲਾਕ ਕਾਨੂੰਨ ਆ ਜਿਹੜਾ ਉਹ ਸਾਰੀਆਂ ਲਹਿਰਾਂ ਜਿਹੜੀਆਂ ਉਹ ਕਦੋਂ ਸ਼ੁਰੂ ਹੋਈਆਂ ਕਦੋਂ ਮੁੱਕੀਆਂ ਵਿਕਾਸ ਦਾ ਏਜੰਡਾ ਕਿੱਥੇ ਹੈਗਾ ਵਿਕਾਸ ਦੇ ਏਜੰਡੇ ਤੇ ਚੋਣਾਂ ਲੜੀਆਂ ਜਾ ਰਹੀਆਂ ਕਿ ਨਹੀਂ ਲੜੀ ਜਾ ਰਹੀਆਂ ਮੁੱਦੇ ਤੋਂ ਪਟਕਤਾ ਨਹੀਂ ਕੇ ਬ੍ਰੇਕ ਤੋਂ ਵਾਪਸ ਆ ਰਹੇ ਨੇ ਵੱਡਾ ਸਵਾਲ ਸਿਪ ਪੁੱਛ ਰਹੇ ਆ ਲੋਕ ਸਭਾ ਚੋਣਾਂ ਚ ਕਿਸ ਮੁੱਦੇ ਤੇ ਵੋਟ ਪਾਏਗਾ ਭਾਰਤ ਬਲਰ ਸਾਹਿਬ ਕਿਹੜੇ ਮੁੱਦੇ ਤੇ ਵੋਟ ਪਾਊਗਾ ਇੰਡੀਆ ਦੇਖੋ ਪਹਿਲਾਂ ਤੇ ਮੈਂ ਇੱਕ ਛੋਟੀ ਗੱਲ ਪੁੱਛਣਾ ਚਾਹੁੰਦਾ ਮੇਰੇ ਕਾਂਗਰਸ ਤੋਂ ਵੀ ਸਾਥੀ ਬਿਠੇ ਨੇ ਤੇ ਅੱਗੇ ਵੀ ਬੜਾ ਵੱਡੇ ਵੱਡੇ ਇਹਨਾਂ ਦੇ ਰਾਸ਼ਟਰਵਾਦ ਦੇ ਉੱਤੇ ਕੰਡੈਮਨਟ ਛੋਟਾ ਜਵਾਬ ਦੇ ਛੋਟਾ ਜਵਾਬ ਦੇ ਦਿਓ ਉਸ ਤੋਂ ਬਾਅਦ ਜਿਹਦੀਓ ਜਵਾਬ ਤੁਸੀਂ ਉਹ ਮੈਂ ਉਹਦਾ ਵੀ ਜਵਾਬ ਦੇ ਦਿੰਦਾ ਛੋਟਾ ਜਵਾਬ ਲੋਕ ਸਭਾ ਚੋਣਾਂ ਚ ਕਿਸ ਮੁੱਦੇ ਤੇ ਵੋਟ ਪਾਊਗਾ ਇੰਡੀਆ ਸਿੰਪਲ ਜਵਾਬ ਲੋਕ ਸਭਾ ਦੇ ਵਿੱਚ ਇੰਡੀਆ ਨੇ ਜਿਹੜਾ ਬਾਰਡਰ ਸਿਕਿਉਰਟੀ ਹੈ ਉਹਦੇ ਤੇ ਔਰ ਜਿਹੜਾ ਉਹਨਾਂ ਡਵੈਲਪਮੈਂਟ ਕਰਕੇ ਦਿੱਤੀ ਹੈ ਸਰਕਾਰ ਨੇ ਉਹਦੇ ਤੇ ਵੋਟ ਪਾਉਣੀ ਹੈ ਔਰ ਅਲੱਗ- ਚਾਹੋ ਸਲੰਡਰ ਨੂੰ ਲੈ ਕੇ ਅਸੀਂ ਗਾ ਕਰ ਗਾ ਸਲੰਡਰ ਪੰਚਾਇਤ ਕਰ ਗਾ ਬਿਜਲੀ ਪੰਚਾਇਤ ਸੱਚ ਪਰਦੇ ਹੋਣੀ ਮਿਲੂਗਾ ਮੈਂ ਉਸੇ ਤੇ ਆ ਰਹੇ ਹਾਂ ਸੱਚ ਪਰ ਦੀ ਗੱਲ ਲੈ ਕੇ ਆਂਦੀ ਚਾਹੋ ਜੀਐਸਟੀ ਲੈ ਕੇ ਆਉਂਦਾ ਜੀਐਸਟੀ ਵੀ ਡਿਵੈਲਪਮੈਂਟ ਵਾਲੇ ਪਾਸੇ ਲੈ ਕੇ ਜਾ ਰਿਹਾ ਕੋਈ ਪਿੱਛੇ ਲੈ ਕੇ ਨਹੀਂ ਜਾ ਰਿਹਾ ਔਰ ਸਾਰਾ ਕੁਝ ਮਿਲ ਕੇ ਜਿਹੜੀ ਡਿਵੈਲਪਮੈਂਟ ਅਸੀਂ ਕਰਕੇ ਦਿੱਤੀ ਹੈ ਉਹ ਇੱਕ ਵੱਡਾ ਮੁੱਦਾ ਰਹੇਗਾ ਨਾਲ ਇੱਕ ਰਾਸ਼ਟਰਵਾਦ ਦਾ ਮੁੱਦਾ ਰਹੇਗਾ ਮੈਂ ਬਾਰ ਬਾਰ ਕਹਿ ਰਹੇ ਹਾਂ ਔਰ ਮੈਂ ਆਪਣੇ ਸਾਥੀਆਂ ਨੂੰ ਪੁੱਛਣਾ ਚਾਹੁੰਦਾ ਕਿ ਇਹਨਾਂ ਦੀ ਰਾਸ਼ਟਰਵਾਦ ਦੀ ਕੀ ਡੈਫੀਨੇਸ਼ਨ ਹੈ ਇਹ ਦੱਸ ਅਸੀਂ ਦੇ ਰਾਸ਼ਟਰਵਾਦ ਦਾ ਇਹ ਸਾਬ ਲਫ਼ਜ਼ਾਂ ਕਿੰਨੇ ਆ ਆਪਣੀ ਜਿੰਮੇਵਾਰੀ ਸਮਝੋ ਚਾਹੇ ਉਹ ਸਵਸ਼ ਭਰ ਦੇਣ ਦੇ ਦਾਤੇ ਸਮਝੋ ਤੁਸੀਂ ਚਾਹੇ ਟੈਕਸ ਪੇ ਕਰਨ ਦੇ ਦਾਤੇ ਸਮਝੋ ਤੁਸੀਂ ਕਿਉਂਕਿ ਟੈਕਸ ਪੇਰ ਵਧੇ ਹੈ ਘਟੇ ਨਹੀਂ ਹੈਗੇ ਜਦੋਂ ਹੀ ਸਾਡੀ ਸਰਕਾਰ ਆਈ ਹੈ ਉਹਦੇ ਟੈਕਸ ਪੇਰ ਇਨਕਰੀਜ਼ ਹੋਏ ਨੇ ਅਸੀਂ ਇਨਕਰੀਜ਼ ਕੀਤੇ ਹੈ ਔਰ ਦੂਸਰਾ ਇਸ ਦਾ ਕਰਪਸ਼ਨ ਦਾ ਸਵਾਲ ਹੈ ਇੱਥੇ ਗੱਲ ਆ ਰਹੀ ਸੀ ਕਰਪਸ਼ਨ ਘਟੇ ਨਹੀਂ ਪ੍ਰੋਫੈਸਰ ਮਜੀਤ ਸਿੰਘ ਵੀ ਕਹਿ ਰਹੇ ਸੀਗੇ ਔਰ ਸਾਡੇ ਕਾਂਗਰਸ ਸਾਥੀ ਵੀ ਕਹਿ ਰਹੇ ਸੀਗੇ ਅੱਜ ਤੁਸੀਂ ਹਰਿਆਣਾ ਜਾ ਕੇ ਪੁੱਛੋ ਜਰਾ ਲੋਕਾਂ ਨੂੰ ਕਰਪਸ਼ਨ ਘਟੀ ਕਿ ਨਹੀਂ ਘਟੀ ਅੱਜ ਸੈਂਟਰ ਤੋਂ ਕ腐ਸ਼ਨ ਘਟਦੀ ਘਟਦੀ ਗਰਾਊਂਡ ਲੈਵਲ ਤੇ ਕ腐ਸ਼ਨ ਜਿਹੜੀ ਹੈ ਕ腐ਸ਼ਨ ਜ਼ਿੰਦਾਰਾ ਹੈ ਜੀ ਤੁਸੀਂ ਹਰਿਆਣੇ ਤੋਂ ਆ ਠੀਕ ਹੈ ਜੀ ਅੱਜ ਨਹੀਂ ਤੀ ਬੇਹਰਿਆਣਾਤ ਕਮਕੇ ਆਉਣਾ ਚੰਡੀਗੜ੍ਹ ਬਹਿ ਕੇ ਨਾ ਗੱਲ ਕਰੋ ਤਹੀ ਐਸੀ ਉੱਤੇ ਜਾ ਕੇ ਗਰਾਊਂਡ ਲੈਵਲ ਤੇ ਕਮਕੇ ਆਓ ਭੁੱਲਰ ਸਾਹਿਬ ਆਪਾਂ ਆਪ ਇਹ ਇਦਾਂ ਨਾ ਬਹਿਸ ਕਰੀ ਭੁੱਲਰ ਸਾਹਿਬ ਨੋਟਬੰਦੀ ਦਾ ਜਸ਼ਨ ਮਨਾ ਸਕਦੇ ਹੋ ਤੁਸੀਂ ਬਿਲਕੁਲ ਮਨਾ ਸਕਦੇ ਅਸੀਂ ਜਸ਼ਨ ਕਿਉਂ ਨਹੀਂ ਮਨਾ ਸਕਦੇ ਦੇਖੋ ਨੋਟਬੰਦੀ ਦੇ ਨਾਲ ਜਿੰਨਾ ਬਲੈਕ ਬਣੀ ਸਗੀ ਜਿਹ ਉਤੇ ਠਲ ਪਈ ਹੈ ਔਰ ਨਕਲੀ ਨੋਟਾਂ ਉਤੇ ਜਿਹੜੀ ਠਲ ਪਈ ਹੈ ਤੇ ਅੱਜ ਦੱਸੋ ਕਿਤੇ ਨਕਲੀ ਨੋਟ ਮਿਲਦੇ ਆ ਸੋਨੇ ਤੁਸੀਂ ਕਿੰਨੇ ਚਾਹੀਦੇ ਦੱਸੋ ਲਿਆਓ ਦੋ ਤੁਸੀਂ ਤੁਹਾਡੇ ਕੋਲ ਹੈਗੇ ਤੇ ਕੀ ਗੱਲ ਹੈ ਮੈਂ ਕਹਿੰਦਾ ਇਹ ਸਟੇਟਮੈਂਟ ਜਿਹੜੀ ਮੈਨੂੰ ਲੈਣੀ ਚਾਹੀਦੀ ਹੈ ਵੀ ਹਾਂ ਇਹਨਾਂ ਕੋਲ ਡੰਡਕੀ ਨੋਟ ਹੈਗੇ ਸਾਹਮਣੇ ਪਏ ਆ ਸਾਹਮਣੇ ਪਏ ਨੇ ਇਹਨਾਂ ਨੂੰ ਫੜ ਕੇ ਅੰਦਰ ਦੋ ਤੁਸੀਂ ਦੋ ਅੰਦਰ ਅੱਜ ਨਕਲੀ ਨੋਟ ਸਰ ਬੁੱਲਰ ਸਾਹਿਬ ਅੰਦਰ ਦੋ ਇਹਨਾਂ ਨੂੰ ਅੱਜ ਨਕਲੀ ਨੋਟ ਹੋਰ ਕਹਿੰਦੇ ਪਿਆ ਮੇਰੀ ਗੱਲ ਸਮਝੋ ਉਹ ਸਟੇਟਮੈਂਟ ਦੇਣ ਲਈ ਜੋ ਮਰਜ਼ੀ ਕਹੇਨ ਪ੍ਰੋਫੈਸਰ ਸਾਹਿਬ ਅੱਛਾ ਠੀਕ ਹੈ ਹਵਾ ਜਿਹੜੀ ਮਰਜ਼ੀ ਗੱਲ ਕਰ ਲੈਣ ਲੇਕਿਨ ਅੱਜ ਤੁਸੀਂ ਕਿਸੇ ਬੈਂਕਰ ਨੂੰ ਜਾ ਕੇ ਪੁੱਛੋ ਵੀ ਨਕਲੀ ਨੋਟ ਆਉਂਦਾ ਉਹ ਪਹਿਲਾ ਲਾਈਨ ਚ ਲਾ ਕੇ ਨਗਲੀ ਨੋਟ ਆਉਂਦੇ ਸੀ ਤੁਸੀਂ ਤੁਸੀਂ ਕੇ ਕਿ ਲੋ ਲੱਖ ਨੋਟ ਬੰਦੀ ਸਹੀ ਫੈਸਲਾ ਸੀ ਨੋਟ ਬੰਦੀ ਸਹੀ ਫੈਸਲਾ ਸੀ ਨੋਟ ਬੰਦੀ ਬਿਲਕੁਲ ਸਹੀ ਫੈਸਲਾ ਸੀ ਆਰਬੀਆਈ ਸਹੀ ਮੰਨਦੀ ਪਈ ਇਹਨੂੰ ਆਰਬੀ ਦੇ ਗਵਰਨਰ ਸਹੀ ਮੰਨਦੇ ਪਈ ਇਹਨੂੰ ਐਸਾ ਹੈ ਪੋਲਿਟਿਕਸ ਵੱਖਰੀ ਚੀਜ਼ ਹੈ ਪੋਲਿਟਿਕਸ ਵੱਖਰੀ ਹੈ ਜਿਹੜੇ ਅਰਥ ਸ਼ਾਸਤਰੀ ਮਾਨਾ ਜ਼ਿਕਰ ਕਰਦਾ ਪਿਆ ਦੇਖੋ ਅਗਰ ਆਰਬੀਆਈ ਸਹੀ ਨਾ ਮੰਗਦੀ ਤੇ ਆਰਬੀ ਤੋਂ ਵਗੈਰ ਹੋ ਸਕਦਾ ਸੀ ਹਮ ਆਰਬੀ ਦੇ ਗਵਰਨਰ ਨੇ ਇਹਨੂੰ ਪਾਸ ਕੀਤਾ ਨਾ ਤਾਂ ਹੀ ਨੋਟ ਬੰਦੀ ਹੋਈ ਨਾ ਤਾਂ ਹੀ ਰੋਡ ਸ਼ਬੇ ਤਾਰਾ ਸੰਦੂ ਫਿਰ ਤੁਸੀਂ ਐਵੇਂ ਕਿਉਂ ਕਹਿੰਦੇ ਨੋਟ ਬੰਦੀ ਤੁਸੀਂ ਐਵੇਂ ਸਟੇਟਮੈਂਟ ਹੀ ਦੇਈਆਂ ਨੂੰ ਜਵੇਂ ਇਹਨਾਂ ਨੇ ਦੇਤੀ ਪ੍ਰਸੰਚੀਤ ਸਿੰਘ ਨੇ ਮੈਨੂੰ ਹੈਰਾਨੀ ਹੁੰਦੀ ਹੈ ਵੀ ਜੀਐਸਟੀ ਤੋਂ ਬਾਅਦ ਤੇ ਨੋਟਬੰਦੀ ਤੋਂ ਬਾਅਦ ਜੀਡੀਪੀ ਘਟੀ ਕਿ ਨਹੀਂ ਘਟੀ ਨੰਬਰ 1 ਦੇਸ਼ ਦੀ ਇੱਕ ਕਾਲਾ ਧਨ ਕਿਹੜਾ ਆਇਆ ਉਹਦਾ ਜ਼ਿਕਰ ਤੱਕ ਨਹੀਂ ਉਲਟਾ ਇਹ ਗਿਆ ਵੀ ਸਾਡਾ ਧਨ ਕਿੰਨਾ ਬਾਹਰ ਗਿਆ ਚੋ 24 ਮਿੰਟ ਤੱਕ ਮੀਟਿੰਗ ਕਰਕੇ ਜੇਤਲੀ ਨਾ ਜਾਣ ਵਾਲਾ ਬੰਦਾ ਦੇਸ਼ ਦਾ ਠਗੀ ਮਾਰ ਕੇ ਚਲੇਗਾ ਉਦੋਂ ਪਹਿਲਾਂ ਇੱਕ ਚਲੇਗਾ ਬਾਕੀ ਛੱਡੋ ਜਦੋਂ ਆ ਸਾਰਾ ਸਬ ਕੰਟੀਨੈਂਟ ਡਰਿਆ ਪਿਆ ਸੀਗਾ ਕਿ ਕਿਤੇ ਜੰਗ ਦੇ ਬੱਦਲ ਛਾਏ ਹੋਏ ਆ ਰਾਤੂ ਰਤ ਚੁੱਪਚੀਪ ਤੇ ਪੰਜ 에어ਪੋਰਟ ਉਬਾਨੀ ਉਹਨਾਂ ਨੂੰ ਫੜਾ ਦਿੱਤੇ ਇਦੋਂ ਵੱਡੀ ਕਰਾਪਸ਼ਨ ਹੋਰ ਕੀ ਹੋ ਜੂਗੀ ਇਸ ਕਰਕੇ ਜਿਹੜੀ ਹੁਣ 19 ਦੀ ਚੋਣ ਹੈ ਔਰ ਰੂਰਲ ਇੰਡੀਆ ਚ ਕਰਪਸ਼ਨ ਚ ਇਹ ਤੁਹਾਡੇ ਨਾਲ ਅੱਗੇ ਆ ਕਿ ਪਿੱਛੇ ਆ ਇਹ ਤਾਂ ਬਹੁਤ ਅੱਗੇ ਨਿਕਲ ਗਏ ਬਹੁਤ ਅੱਗੇ ਨਿਕਲ ਸਾਡੇ ਤਾਂ ਲਾਈ ਕਰਪਸ਼ਨ ਵਾਲੇ ਤੁਹਾਨੂੰ ਵੀ ਕਰਾਸ ਕਰਦੇ ਸਾਡੇ ਸਾਡੇ ਪਰਤੇ ਜਿਹੜੇ ਲਾਈ ਸੀ ਯੂਪੀਏ ਚ ਉਹਨਾਂ ਨੇ ਕਰਪਸ਼ਨ ਕਿਤੇ ਨਾ ਡਾਇਰੈਕਟ ਪ੍ਰਾਈਮ ਮਿੰისტਰ ਕਰਿਆ ਜੀ ਸੰਧੂ ਸਾਹਿਬ ਅੱਜ ਅੱਜ ਸੋਨੀਆ ਗਾਂਧੀ ਵੀ ਯਾਰ ਸੋਨੀਆ ਗਾਂਧੀ ਵੀ ਰਾਹੁਲ ਗਾਂਧੀ ਦੀ ਜ਼ੁਬਾਨਤ ਤੇ ਬਾਹਰ ਨੇ ਜੇ ਨਹੀਂ ਯਾਦ ਹੈਗਾ ਤਾਂ ਪੜ੍ਹ ਲਓ ਤੁਸੀਂ ਅੱਜ ਸੋਨੀਆ ਗਾਂਧੀ ਵੀ ਰਾਹੁਲ ਗਾਂਧੀ ਦੀ ਜ਼ੁਬਾਨਤ ਤੇ ਬਾਹਰ ਨੇ ਤੇ ਜਿਹੜਾ ਉਹਨਾਂ ਦਾ ਜਵਾਈ ਹੈ ਉਹ ਇਟਿਸ ਦਿੱਕੇ ਖਾਂਦਾ ਫਿਰਦਾ ਹੈ ਇਹ ਕ腐ਚਨ ਦੀਆਂ ਗੱਲਾਂ ਕਰਦੇ ਹੋ ਸੋਨੀਆਂ ਗੱਲਾਂ ਜਿਹੜੇ ਤੁਸੀਂ 5000 ਰੁਪਏ ਦੀ ਗੱਲ ਕਰਦੇ ਹੋ ਦਿੱਲੀ ਦਾ ਏਅਰਪੋਰਟ ਕਿੰਨੇ ਦਿੱਤਾ ਸੀ ਜਿੱਥੇ ਅੱਜ ਤੱਕ ਜਿਹਦਾ ਕਰਕੇ ਚੰਡੀਗੜ੍ਹ ਦਾ ਏਅਰਪੋਰਟ ਜਿਹੜਾ ਇੰਟਰਨੈਸ਼ਨਲ ਬਣਨ ਵਾਲਾ ਚੱਲੇ ਪਿਆ ਰਿਹਾ ਚੋਰਾਂ ਨੂੰ ਕਿਉਂ ਦਿੰਨੇ ਆ ਠੀਕ ਹੈ ਕੋਕ ਕਿਉਂ ਦਿੰਨੇ ਮੈਂ ਤਾਂ ਕਹਿੰਦਾ ਵੀ ਚੋਰ ਚੋਰ ਮਚਾਏ ਸ਼ੋਰ 3600 ਚੋਰ ਮਚਾਏ ਸ਼ੋਰ ਜਿਹੜੇ ਚੋਰ ਨੇ ਉਹੀ ਸ਼ੋਰ ਮਚਾ ਰਹੇ ਆ ਜਿਹੜੇ ਚੋਰ ਨੇ ਉਹੀ ਸ਼ੋਰ ਮਚਾ ਰਹੇ ਨੇ ਕੋਈ ਹੋਰ ਨਹੀਂ ਮਚਾ ਰਿਹਾ ਜੀ ਗੁਦਾਰਾ ਸਾਹਿਬ ਚੋਰ ਹੀ ਸਭ ਤੋਂ ਵੱਧ ਚੋਰ ਆ ਜ ਇਹ ਇਹਨਾਂ ਨੇ ਹੁਣ ਗਰੀਬੀ ਦਾ ਮੁੱਦਾ ਚੁੱਕਿਆ ਪਹਿਲਾਂ 71 ਦਾ ਨਾਮ ਜ਼ਿਕਰ ਕੀਤਾ ਉਦੋਂ ਵੀ ਚੁੱਕਿਆ ਗਿਆ ਸੀ ਸਵਾਲ ਇਹ ਹੈਗਾ ਕਿ ਇਹ ਜਿਹੜੀ ਕਰਪਸ਼ਨ ਦੀ ਇਹ ਗੱਲ ਕਰਦੇ ਪਏ ਉਸ ਕਰਪਸ਼ਨ ਕਰਕੇ ਗਰੀਬੀ ਸਾਡੇ ਦੇਸ਼ ਵਿੱਚੋਂ ਨਹੀਂ ਮੁੱਕ ਰਹੀ ਜਾਂ ਕੋਈ ਹੋਰ ਵਜ੍ਹਾ ਲੱਗਦੀ ਹੈ ਨਹੀਂ ਵਜ੍ਹਾ ਬਹੁਤ ਸਾਰੀਆਂ ਨੇ ਇਸ ਦੇਸ਼ ਦੇ ਨੇਚਰਲ ਰਿਸੋਰਸਸ ਦੀ ਜਿਹੜੀ ਇਸ ਤਰ੍ਹਾਂ ਲੁੱਟ ਹੋਈ ਹੈ ਉਹ ਵੀ ਬਹੁਤ ਵੱਡਾ ਇਸ਼ਾਰਾ ਹੈ ਜਿਹਦੇ ਵਿੱਚ ਅੰਬਾਨੀ ਅਡਾਨੀ ਵਰਗੇ ਕਿਵੇਂ ਕਿਸ ਤਰ੍ਹਾਂ ਅੱਗੇ ਵਧਦੇ ਗਏ ਕਿਵੇਂ ਉਹਨਾਂ ਦੀ ਸੰਪਤੀ ਵੱਧ ਗਈ ਉਹਨੂੰ ਭੁੱਲਣਾ ਨਹੀਂ ਚਾਹੀਦਾ ਕਿਹੜੇ ਕਿਹੜੇ ਪਾਰਟੀਆਂ ਦੇ ਅਧਿਕਾਰੀਆਂ ਦੇ ਬੇਟਿਆਂ ਨੇ ਕਿਸ ਤਰ੍ਹਾਂ ਸੰਪਤੀ ਅਰਜੀਤ ਕਰ ਲਈ ਉਹ ਕ੍ਰਿਪਸ਼ਨ ਹੀ ਹੈ ਨਾ ਕ੍ਰਿਪਸ਼ਨ ਹੈ ਇੱਕ ਬੁੱਲਰ ਸਾਹਿਬ ਨੇ ਗੱਲ ਹਰਿਆਣੇ ਦੀ ਕੀਤੀ ਸੀ ਹਰਿਆਣੇ ਦਾ ਉਦਾਹਰਣ ਦਿੱਤਾ ਸੀ ਕ੍ਰਿਪਸ਼ਨ ਖਤਮ ਹੋ ਗਈ ਮੈਂ ਤੁਹਾਨੂੰ ਸਪੈਸਿਫਿਕ ਇਫੈਕਟ ਦੱਸ ਰਹੇ ਹਰਿਆਣੇ ਦੇ ਵਿੱਚ ਇੱਕ ਕਿਲੋਮੀਟਰ ਸਕੀਮ ਤੇ ਬਸਾਂ ਹਾਇਰ ਕਰਨ ਦੀ ਸਕੀਮ ਆਈ ਪਿਛਲੇ ਅਪ੍ਰੈਲ ਦੇ ਵਿੱਚ ਉਹਦੇ ਵਿੱਚ 510 ਬਸਾਂ ਦੇ ਟੈਂਡਰ ਹੋ ਗਏ ਪਿਛਲੇ ਸਪਟੈਂਬਰ ਅਕਤੂਬਰ ਤੱਕ ਆਂਦੇ ਆਂਦੇ ਉਹਦੇ ਵਿੱਚ ਜਿਹੜੇ ਕੰਟਰੈਕਟਰ ਸੀ ਜਿਨ੍ਹਾਂ ਨੇ ਆਪਦੀ ਬੱਸਿਸ ਹਾਇਰ ਕਰਕੇ ਸਰਕਾਰ ਨੂੰ ਦਿੱਤੀ ਤੇ ਚਲਾਣ ਦੀ ਗੱਲ ਕੀਤੀ ਸਰਕਾਰ ਨੇ ਉਹਨਾਂ ਨੂੰ ਟੈਂਡਰ ਦਿੱਤੇ 37 ਰੁਪਿਆ ਪਰ ਕਿਲੋਮੀਟਰ ਅਸੀਂ ਤੁਹਾਨੂੰ ਦੇਾਂਗੇ ਪੰਜਾਬ ਦਾ ਰੇਟ ਵੇਖ ਲਓ ਰਾਜਸਥਾਨ ਦਾ ਵੇਖ ਲਓ ਪੈਪਸੋ ਦਾ ਵੇਖ ਲਓ ਕਿਤੇ ਘਟ ਹੈ ਛੱਡੋ ਬਾਰ ਦਾ ਕਿੰਨਾ ਘਟ ਹੈ ਇਸ ਫਰਵਰੀ ਮਾਰਚ ਦੇ ਵਿੱਚ 190 ਬਸਾਂ ਦੇ ਹੋਰ ਟੈਂਡਰ ਹੋਏ ਉਹਦਾ ਰੇਟ ਆਇਆ 22 ਰੁਪਏ ਤੋਂ ਲੈ ਕੇ 29 ਰੁਪਏ ਤੱਕ ਪਹਿਲੇ ਵਾਰੇ ਪੂਰੇ ਹਰਿਆਣਾ ਦੇ ਕਰਮਚਾਰੀ ਰੋਡਵੇਜ਼ ਕਰਮਚਾਰੀ ਪੂਰੇ ਹਰਿਆਣਾ ਦੇ ਕਰਮਚਾਰੀ ਸਟ੍ਰਾਈਕ ਤੇ ਗਏ ਕਹਿ ਕੇ ਕਿ ਸਰਕਾਰ ਨੇ ਕ腐ਸ਼ਨ ਕੀਤੀ ਹੈ ਆਪਦੇ ਲੋਕਾਂ ਨੂੰ ਪਲੇਜ਼ ਕਰਨ ਵਾਸਤੇ ਕਰ ਰਹੀ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਸਰਕਾਰ ਨੇ ਐਫੀਡੇਟ ਦੇ ਕੇ ਕੋਰਟ ਚ ਕਿਹਾ ਕਿ ਪਹਿਲਾਂ 510 ਦੇ 35 ਰੁਪਏ ਸੀਗਾ ਹੁਣ ਹੁਣ 22 ਤੋਂ ਲੈ ਕੇ 93 ਰੁਪਏ ਤੱਕ ਹੈ ਗੌਰਦਨ ਟਰਾਂਸਪੋਰਟ ਕੰਪਨੀ ਦੇ ਕੇਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਐਫੀਡੇਟ ਰਿਵਾਇਲ ਕੀਤਾ ਹੈ ਜੀ ਨੇ ਜੇ ਇਸ ਤੋਂ ਬਾਅਦ ਵੀ ਕਹਿੰਦੇ ਨੇ ਕਿ ਕਰਪਸ਼ਨ ਨਹੀਂ ਹੋ ਰਹੀ ਤੇ ਬੜੀ ਹੈਰਾਨੀ ਦੀ ਗੱਲ ਹੈ ਕਰਪਸ਼ਨ ਲੱਗਦੀ ਨਾ ਟਰਾਂਸਪੋਰਟ ਮਾਫੀਆ ਵਾਲੀ ਕਰਪਸ਼ਨ ਲੱਗਦੀ ਨਹੀਂ ਕਿਸੇ ਨੂੰ ਗਦਾਰਾ ਸਾਹਿਬ ਕੀ ਕੀਤਾ ਜਾਵੇ ਦੇਖੋ ਜੀ ਜਿਨ੍ਹਾਂ ਦੇ ਲੱਗਦੀ ਹੈ ਸਿੱਧਾ ਜਦੋਂ ਗੱਲ ਹੁੰਦੀ ਹੈ ਸਿੱਧਾ ਤੁਸੀਂ ਅਮਾਨੇ ਅਡਾਨੇ ਤੇ ਪਹੁੰਚ ਜਾਂਦੇ ਹੋ ਸਾਰੇ ਲੋਕ ਇਹ ਕਰਪਸ਼ਨ ਦਾ ਕੋਈ ਜ਼ਿਕਰ ਹੀ ਨਹੀਂ ਕਰਦਾ ਮੈਂ ਤੁਹਾਨੂੰ ਇਸ ਤੋਂ ਸਰੋਂ ਦਾ ਹਰਿਆਣਾ ਦੀ ਸਰਸੋਂ ਦੀ ਫਸਲ ਹੁੰਦੀ ਹੈ ਅੱਜ ਤੋਂ ਖਰੀਦ ਸ਼ੁਰੂ ਹੋਣੀ ਹੈ ਸਰਕਾਰ ਨੇ ਘੋਸ਼ਣਾ ਕੀਤੀ ਹੈ ਕੋਈ ਡਾਕੂਮੈਂਟ ਜਾਰੀ ਨਹੀਂ ਕੀਤਾ ਕੋਈ ਇਹ ਡਾਕੂਮੈਂਟ ਜਾਰੀ ਨਹੀਂ ਕੀਤਾ ਕਿ ਕਿਹੜੇ ਪਿੰਡ ਦੀ ਸਰਸੋਂ ਕਿਹੜੇ ਦਿਨ ਮੰਡੀ ਚ ਵਿਕੇਗੀ ਰਿਵਾੜੀ ਤੋਂ ਲੈ ਕੇ ਹਰਿਆਣੇ ਵਰਦੇ ਅੱਡੜ ਮੰਡੀਆਂ ਦੇ ਵਿੱਚ ਲੋਕ ਆਏ ਸਰਸੋਂ ਲੈ ਕੇ ਖਰੀਦਣ ਵਾਲਾ ਕੋਈ ਐਨੀ ਐਫਐਡ ਨੇ ਖਰੀਦਣੀ ਹੈ ਐਫਐਡ ਕਹਿੰਦੀ ਸਾਨੂੰ ਪਤਾ ਹੀ ਨਹੀਂ ਕਿਉਂ ਨਹੀਂ ਕਿਉਂਕਿ ਅਲਟੀਮੇਟਲੀ ਤੁਸੀਂ ਇਹ ਕਰਨਾ ਚਾਹੁੰਦੇ ਹੋ ਕਿ ਇਸ ਦੌਰਾਨ ਜਿੰਨਾਂ ਦੀ ਮੰਡੀ ਚ ਕਣਕਾਂ ਆ ਗਈਆਂ ਉਹਦੇ ਵਿੱਚ ਪੈਸੇ ਵਾਲੇ ਬੰਦੇ ਕਣਕਾਂ ਖਰੀਦ ਲੈਣ ਬਾਅਦ ਵਿੱਚ ਐਮਐਸਪੀ ਦੇ ਵਿੱਚ ਉਸੇ ਖਾਤੇ ਚ ਪਾ ਦੇਣ ਇਹ ਸਾਰਾ ਜਿਹੜਾ ਕ腐ਸ਼ਨ ਦਾ ਮਾਮਲਾ ਹੈ ਇਹ ਕਿਸਾਨਾਂ ਦੇ ਨਾਲ ਜਿਹੜਾ ਧੋਖਾ ਕਰਨ ਦੀ ਗੱਲ ਹੋ ਰਹੀ ਹੈ ਇਹ ਜਦੋਂ ਕਿਸੇ ਦੇ ਹਿੱਤਾਂ ਨੂੰ ਲੁੱਟ ਕੀਤੀ ਜਾਂਦੀ ਹੈ ਉਦੋਂ ਕਿਸੇ ਨੂੰ ਫਾਇਦਾ ਪਹੁੰਚਾਇਆ ਜਾਂਦਾ ਹੈ ਇਹ ਅੱਜ ਹਾਲਤ ਹੈ ਦੇਸ਼ ਦੀ ਹਾਲਤ ਹੈ ਰਸਮ ਜੀ ਸਰ ਜੀ ਜੀ ਤੁਸੀਂ ਜਿਹੜੇ ਵੈਲੈਂਟ ਪੁਆਇੰਟ ਸਰ ਇੱਕ ਗੱਲ ਹੋਰ ਕਹਿਣਾ ਚਾਹਨਾ ਭੁੱਲਰ ਸਾਹਿਬ ਨੇ ਇੱਕ ਸਵਾਲ ਪੁੱਛਿਆ ਸੀ ਕਿ ਅਨਦਰ ਰਾਸ਼ਟਰਵਾਦ ਕੀ ਹੈ ਸਾਡਾ ਰਾਸ਼ਟਰਵਾਦ ਹੈ ਇਸ ਦੇਸ਼ ਦੇ ਵਿੱਚ ਕਿਸੇ ਜਾਤੀ ਕਿਸੇ ਧਰਮ ਕਿਸੇ ਬੋਲੀ ਕਿਸੇ ਏਰੀਏ ਦੇ ਕਿਸੇ ਸੰਸਕ੍ਰਿਤੀ ਦੇ ਲੋਕ ਰਹਿੰਦੇ ਨੇ ਉਸ ਸਾਰੇ ਦੇਸ਼ ਦੇ ਨਾਗਰਿਕ ਨੇ ਕਿਸੇ ਨੂੰ ਪਾਕਿਸਤਾਨ ਦੀ ਗੱਲ ਇਸ ਕਰਕੇ ਨਹੀਂ ਕਹਿ ਦਿੱਤੀ ਜਾਏਗੀ ਕਿ ਉਹ ਬੋਲਿਆ ਉਹਨੇ ਸਵਾਲ ਕੀਤਾ ਸਰਕਾਰ ਨੂੰ ਇਸ ਕਰਕੇ ਪਾਕਿਸਤਾਨ ਚਲਾ ਜਾਵੇ ਕਿਸੇ ਨੂੰ ਇਹ ਨਹੀਂ ਕੀਤਾ ਜਾਏਗਾ ਕਿ ਐਨਸੀਆਰਟੀ ਦੀ ਕਿਤਾਬਾਂ ਦੇ ਵਿੱਚ ਇਸ ਦੇਸ਼ ਦੇ ਵਿੱਚ ਜਾਤੀ ਵਿਵਸਥਾ ਰਹੀ ਇੱਕ ਵਰਗ ਨੂੰ ਕਿਵੇਂ ਦਲਿਤਾਂ ਨੂੰ ਪਿੱਛੇ ਧੱਕਿਆ ਲਿਆ ਗਿਆ ਉਹਨਾਂ ਨਾਲ ਅਤਿਆਚਾਰ ਹੋਏ ਉਹਦਾ ਚੈਪਟਰ ਕੱਢ ਦਿੱਤਾ ਜਾਏਗਾ ਬਾਹਰ ਕਰ ਦਿੱਤਾ ਜਾਏਗਾ ਇਹ ਸਾਡਾ ਰਾਸ਼ਟਰਵਾਦ ਨਹੀਂ ਸਾਡਾ ਰਾਸ਼ਟਰਵਾਦ ਹੈ ਇਸ ਦੇਸ਼ ਦੀ ਜਿਹੜੇ ਆਜ਼ਾਦੀ ਦੇ ਆंदोलਨ ਦੇ ਵਿੱਚ ਅਸੀਂ ਸਰਜਾ ਇੱਕ ਇਕਤਾ ਬਣਾਈ ਸਾਰੇ ਮਿਲ ਕੇ ਲੜੇ ਇਕੱਠੇ ਰਹਿਣ ਦੀ ਗੱਲ ਕੀਤੀ ਤੇ ਪੂਰਾ ਸੱਚ ਸਾਹਮਣੇ ਰੱਖਣ ਦੀ ਗੱਲ ਕੀਤੀ ਪਿਆਰ ਨਾਲ ਰਹਿਣ ਦੀ ਗੱਲ ਕੀਤੀ ਉਹ ਸਾਡਾ ਰਾਸ਼ਟਰਵਾਦ ਹੈ ਜੁਨਾਇਦ ਤੇ ਅਖਲਾਕ ਦੀ ਹੱਤਿਆ ਕਰ ਦੇਣਾ ਇਹ ਗੋ ਦੇ ਨਾਂ ਤੇ ਲਿੰਚਿੰਗ ਕਰ ਦੇਣਾ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਸਾਡਾ ਰਾਸ਼ਟਰਵਾਦ ਹੈ ਜੀ ਤੀ ਰਾਸ਼ਟਰਵਾਦੀ ਕਹਿੰਦਾ ਹੈ ਕਿ ਤੁਸੀਂ ਲੱਖਾਂ ਜਿਹੜੇ ਹਿੰਦੂ ਸੀਗੇ ਹਿੰਦੂ ਪੰਡਿਤ ਸੀਗੇ ਉਹਨਾਂ ਨੂੰ ਤੁਸੀਂ ਉੱਥੋਂ ਕੱਢ ਦਿਓ ਕਿ ਰਾਸ਼ਟਰਵਾਦ ਕਹਿੰਦਾ ਇੱਕ ਮਿੰਟ ਸੁਣ ਲੈ ਕਸ਼ਮੀਰ ਵੀ ਪੰਡਿਤ ਕਸ਼ਮੀਰ ਚ ਹਿੰਦੂਆਂ ਨੂੰ ਕੱਢ ਦਿਓ ਤੁਸੀਂ ਰਾਸ਼ਟਰਵਾਦ ਕਹਿੰਦਾ ਕਿ ਅਸ਼ੇਰੀ ਪੰਡਿਤਾਂ ਨੂੰ ਬਸਾਣਾ ਚਾਹੀਏ ਔਰ ਸਵਾਲ ਇਹ ਹੈ ਤੁਸੀਂ ਕਿਹਦੇ ਭਗਤ ਸਿੰਘ ਨੂੰ ਪੜਾਇਆ ਕਿਹਦੇ ਸੁਭਾਸ਼ ਚੰਦਰ ਨੂੰ 5 ਸਾਲ ਪੁਲਰ ਸਾਹਿਬ ਜੀ ਤੁਹਾਨੂੰ ਸਿਖਾਇਆ ਬਹੁਤ ਇੰਟਰਸਟਿੰਗ ਕਰਕੇ ਕਿੰਨੀ ਇੰਨੇ ਸਾਲਾਂ ਬਾਅਦ ਅੱਜ ਜਾ ਕੇ ਬੁੱਤ ਲਗਾਇਆ ਸ਼ੀਦੂ ਤਾਂ ਸਿੰਘ ਦਾ ਚਲੀਆਂ ਵਾਲੇ ਬਾਗ ਦੇ ਵਿੱਚ ਉਥੇ ਬੁੱਤ ਨਹੀਂ ਲਾਉਣ ਦਿੱਤਾ ਗਿਆ ਅੱਜ ਪਾਣੀਪੜ ਦੇ ਜਾ ਕੇ ਬੁੱਤ ਲਗਾਇਆ ਅੱਜ ਉਥੇ ਫੋਟੋ ਲੱਗੀ ਆ ਉਹਦੀ ਨਾ ਸਰ ਜੀ ਤੁਹਾਡੀ ਗੱਲ ਕਰਾਓ ਪਲੀਜ਼ ਗੁਰਦਾਸ ਸਾਹਿਬ ਇੱਕ ਵੜੇ ਕੋੜਾ ਪੁਲਰ ਸਾਹਿਬ ਤੁਸੀਂ ਵੀ ਆਪਣੀ ਗੱਲ ਕਹ ਲਈ ਗੁਰਦਾਸ ਸਾਹਿਬ ਨੇ ਕਰੀ ਗੁਰਦਾਸ ਸਾਹਿਬ ਇੱਕ ਮਿੰਟ ਰਸੋਈ ਇੱਕ ਮਿੰਟ ਪਲੀਜ਼ ਪ੍ਰਸੰਜੀਤ ਜੀ ਸੇ ਮੈਨੂੰ ਅਫਸੋਸ ਹੋਇਆ ਕਿ ਇੱਥੇ ਇੱਥੇ ਇੱਕ ਮੈਂ ਉਹ ਗੁਰਦਾਸ ਸਾਹਿਬ ਇੱਕ ਵਾਰ ਇੱਕ ਮਿੰਟ ਪਲੀਜ਼ ਇੱਕ ਮਿੰਟ ਪਲੀਜ਼ ਪਲੀ ਕਿ ਇੱਥੇ ਰਾਸ਼ਟਰਵਾਦ ਬਾਰੇ ਦੱਸਣਾ ਦੱਸਣਾ ਪੈ ਰਿਹਾ ਕਿਉਂ ਦੱਸਣਾ ਪੈ ਰਿਹਾ ਨਹੀਂ ਨਹੀਂ ਰਾਸ਼ਟਰਵਾਦ ਦਾ ਤੇ ਮਤਲਬ ਹੀ ਹੈ ਮੈਂ ਤਾਂ ਗਦਾਰਾ ਸਾਹਿਬ ਤੇ ਵੀ ਆ ਜਾ ਰਿਹਾ ਤੇ ਗਦਾਰਾ ਸਾਨੂੰ ਦੱਸਣਾ ਪੈ ਰਿਹਾ ਸਾਡਾ ਰਾਸ਼ਟਰਵਾਦ ਕੀ ਹੈ ਕਿਉਂ ਦੱਸਣਾ ਪੈ ਰਿਹਾ ਮੈਂ ਦੱਸੂ ਕਿਉਂ ਦੱਸਣਾ ਪੈ ਰਿਹਾ ਮੈਂ ਜਵਾਬ ਦੇਵਾਂਗੇ ਇਸ ਗੱਲ ਦਾ 1 ਮਿੰਟ ਰਾਸ਼ਟਰਵਾਦ ਅਸਲ 'ਚ ਇੱਕ ਸ਼ਬਦ ਉਹਦੇ 'ਚ ਜਿਹੜਾ ਪ੍ਰੀਫਿਕਸ ਹੈ ਉਹ ਹਟਾ ਲੈਂਦੇ ਆ ਇਹਨਾਂ ਦਾ ਰਾਸ਼ਟਰਵਾਦ Hindu ਰਾਸ਼ਟਰਵਾਦ ਆ Hindu ਸਟੇਟ ਬਣਾਉਣਾ ਚਾਹੁੰਦੇ ਆ ਜਿਵੇਂ ਪਾਕਿਸਤਾਨ ਦੇ ਵਿੱਚ ਇਸਲਾਮਿਕ ਸਟੇਟ ਆ ਔਰ ਇਥੇ ਵੇਦਾ ਦੀ ਵੈਦਿਕ ਨੌਲੇਜ ਦੀ ਵੈਦਿਕ ਵਿਆਖਿਆ ਦੀ ਸੰਸਾਰ ਕੀ ਆ ਉਹਨੂੰ ਲਿਆ ਕੇ ਜਿਹੜਾ 5000 ਸਾਲ ਪੁਰਾਣਾ ਉਹਨੂੰ ਅੱਜ ਦੇ ਡੇਟ ਦੇ ਵਿੱਚ ਲਾਗੂ ਕਰਨਾ ਚਾਹੁੰਦੇ ਯਾਨੀ ਦੇਸ਼ ਜਿਹੜੀ ਦੁਨੀਆ ਆ ਉਹ ਤੇ ਜਾਰੀ ਆ 21 ਸਦੀ ਦੀ ਹਾਨੀ ਹੋ ਕੇ 22ਵੀਂ ਸਦੀ ਵੱਲ ਵੇਖ ਰਹੀ ਆ ਔਰ ਇਹ ਸਾਨੂੰ 5000 ਸਾਲ ਪਿੱਛੇ ਨੂੰ ਧੱਕ ਕੇ ਜ਼ਬਰਦਸਤ ਲਿਆ ਇੱਕ ਮਿੰਟ ਸੁਣ ਲਓ ਸੁਣ ਲਓ ਇੱਕ ਮਿੰਟ ਜ਼ਰੂਰ ਬੋਲਿਓ ਬੜੀ ਇੱਜ਼ਤ ਨਾ ਇੱਜ਼ਤ ਨਾ ਮੇਰੀ ਗੱਲ ਸੁਣ ਲਓ ਰਾਸ਼ਟਰਵਾਦ ਕੀ ਕੀ ਨਹੀਂ ਨਹੀਂ ਸੁਣੋ ਰਾਸ਼ਟਰਵਾਦ ਕੀ ਕੀ ਆ ਸਟੈਚੂ ਆਫ ਯੂਨਿਟੀ 4000 ਕਰੋੜ ਰੁਪਏ ਦਾ ਲਾ ਦਿਓ 3600 ਕਰੋੜ ਰੁਪਏ ਦਾ ਤੁਸੀਂ ਸਮੁੰਦਰ ਦੇ ਵਿੱਚ ਸ਼ਿਵਾਜੀ ਦਾ ਇੱਕ ਵੱਡਾ ਬੁੱਤ ਬਣਾ ਦਿਓ ਤੇ ਉੱਥੇ ਬਾਅਦ ਵਿੱਚ ਉਹਨੂੰ ਕੰਪਨਸੇਟ ਕਰਨ ਲਈ ਇੱਕ ਇਹ ਵੀ ਲਾ ਦਿਓ ਅੰਬੇਦਕਰ ਜੀ ਦਾ ਵੀ ਲਾ ਦਿਓ ਸਾਰੇ ਬੁੱਚੜਖਾਨੇ ਬੰਦ ਕਰਵਾ ਕੇ ਕਿਤੇ ਸਾਰੀ ਸਾਡੀ ਜਿਹੜੀ ਡੇਰੀ ਇੰਡਸਟਰੀ ਆ ਉਹਦਾ ਸੱਤਿਆਨਾਸ਼ ਕਰ ਦਿਓ ਅੱਜ ਹਹਾਕਾਰ ਮੱਚੀ ਪਈ ਆ ਪਿੰਡਾਂ ਦੇ ਵਿੱਚ ਫਸਲਾਂ ਲੱਗ ਜਾੜੋ ਡੰਗਰ ਨੂੰ ਤੁਸੀਂ ਵੇਚ ਨਹੀਂ ਸਕਦੇ ਨਹੀਂ ਨਹੀਂ ਐਕਸੀਡੈਂਟ ਹੈ ਮਤਲਬ ਜੇ ਅੱਛਾ ਹਰਿਆਣੇ ਦੇ ਵਿੱਚ ਜੇ ਕਿਤੇ ਤਾਰ ਲਾ ਲਈ ਜੇ ਤਾਰ ਦੇ ਨਾਲ ਕਿਤੇ ਕਿਸੇ ਨੇ ਮੜਾ ਜਾ ਖੈ ਲੱਗੀ ਕਿਸੇ ਬਲਦ ਦੀ ਜਿਹੜੀ ਜਿਹੜੇ ਵਾਰਾ ਡੰਗਰ ਆ ਜੇ ਕਿਤੇ ਜ਼ਖਮ ਹੋ ਜਾ ਉਹ ਬੰਦਿਆਂ ਨੂੰ ਕੋਟ-ਕੋਟ ਮਾਰ ਦਿੰਦੇ ਆ ਕਿ ਤੁਸੀਂ ਕੀ ਕੀਤਾ ਐਸ ਕਰਕੇ ਡੰਗਰਾਂ ਨੂੰ ਜਿਹੜੇ ਸਾਡੇ ਹਿੱਸਾ ਆ ਉਹ ਕਿਸਾਨਾਂ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਕਰ ਦਿੱਤੇ ਆ

ਇੱਕ ਛੋਟਾ ਜਿਹਾ ਬ੍ਰੇਕ ਲੈਣਾ ਇੱਕ ਛੋਟਾ ਜਿਹਾ 24 ਘੰਟੇ ਦੇ ਇਸ ਦੇ ਅੰਦਰ ਦਾ ਫੁਰਿਆਤ ਨਾ ਬਰਦਾਸ਼ਤ ਲਾਓਗੇ ਇੱਕ ਛੋਟਾ ਜਿਹਾ ਬ੍ਰੇਕ ਹੋਰ ਡਰਾਓਗੇ ਲੋਕਾਂ ਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਇੱਕ ਥੋੜਾ 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 ਸ਼ਾਂਤ ਹੋ ਜਾਓ ਥੋੜਾ ਸ਼ਾਂਤ ਹੋ ਜਾਓ ਥੋੜਾ ਸ਼ਾਂਤ ਹੋ ਜਾਓ ਥੋੜਾ ਇੱਕ ਮਿੰਟ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਬ੍ਰੇਕ ਤੋਂ ਵਾਪਸ ਆਉਂਗਾ ਬ੍ਰੇਕ ਤੋਂ ਵਾਪਸ ਆਉਂਗਾ ਰਾਸ਼ਟਰਵਾਦੀ ਸਿਆਸਤ ਜਿਹੜੀ ਹੋ ਰਹੀ ਹੈ ਸਿਆਸਤ ਦੇ ਵਿਚਾਲੇ ਥੋਪਿਆ ਤਾਂ ਨਹੀਂ ਜਾ ਰਿਹਾ ਤੁਹਾਡੇ ਤੇ ਸਾਰਾ ਕੁਝ ਸਵਾਲ ਇਹ ਹੈਗਾ ਸੇਤ ਸਨਤ ਸਿੱਖਿਆ ਹੁੰਦਾ ਜ਼ਿਕਰ ਕਿਉਂ ਨਹੀਂ ਹੋ ਰਿਹਾ ਜੇ ਥੋਪਣਾ ਹੈਗਾ ਤਾਂ ਸਿੱਖਿਆ ਤੁਹਾਡੇ ਤੇ ਥੋਪੀ ਜਾਵੇ ਤੁਹਾਨੂੰ ਪੜਨਾ ਲਾਜ਼ਮੀ ਕਰਨਾ ਪਊਗਾ ਜਦੋਂ ਗਰੀਬ ਦਾ ਬੱਚਾ ਆਦੀਵਾਸੀ ਦਾ ਬੱਚਾ ਉਹ ਸਕੂਲ ਚ ਜਾਊਗਾ ਤੇ ਉਹਨੂੰ ਵੀ ਲੱਗੂਗਾ ਕਿ ਮੇਰੇ ਚ ਕਿਹੜਾ ਰਾਸ਼ਟਰਵਾਦ ਹੈਗਾ ਉਹ ਆਪਣੇ ਆਪ ਸਿੱਖ ਜਾਊਗਾ ਸਿਖਾਉਣ ਦੀ ਲੋੜ ਨਹੀਂ ਪਵੇਗੀ ਰਾਜਨੀਤੀ ਨੂੰ ਰਾਸ਼ਟਰਵਾਦ ਕਿਉਂ ਸੋਣਾ ਪੈ ਰਿਹਾ ਕਿਉਂਕਿ ਅਸਲ ਮੁੱਦੇ ਦਾ ਜ਼ਿਕਰ ਨਾ ਹੋਵੇ ਜੋ ਅਸਲ ਮੁੱਦਾ ਜ਼ਿਕਰ ਨਹੀਂ ਹੁੰਦਾਗਾ ਤੇ ਫਿਰ ਸਵਾਲ ਉਦੋਂ ਖੜੇ ਹੁੰਦੇ ਆ ਕਿ ਕਿਹੜੀ ਲਹਿਰ ਆ 2019 ਤੇ ਵਿੱਚ ਪਰ 2019 ਵਿੱਚ ਲਹਿਰ ਖੜੀ ਕਰਨ ਵਾਲੇ ਵਿਰੋਧੀ ਕਿਹੜੀ ਲਹਿਰ ਵਿੱਚ ਫਸੇ ਹੋਇਆ ਟਿਕਟਾਂ ਦੀ ਟੈਨਸ਼ਨ ਪਈ ਹੋਈ ਹੈ ਬੇਸ ਤੋਂ ਵਾਪਸ ਆ ਰਹੇ ਹਾਲੇ ਕਿ ਬੋਛਨ ਬੜਾ ਸੌਲਸੀ ਪੁੱਛ ਰਹੇ ਆ ਲੋਕ ਸਭਾ ਚੋਣਾਂ ਚ ਕਿਸ ਮੁੱਦੇ ਤੇ ਵੋਟ ਪਾਏਗਾ ਭਾਰਤ ਸਰ ਪਿਆਰ ਨਾਲ ਜਵਾਬ ਦਿਓ ਇੱਕ ਇੱਕ ਸਵਾਲ ਦਾ ਪਹਿਲਾਂ ਤਾਂ ਗੁਦਾਰਾ ਸਾਹਿਬ ਤੁਸੀਂ ਜਵਾਬ ਦਿਓ ਰਾਸ਼ਟਰਵਾਦ ਬਾਰੇ ਤੁਹਾਨੂੰ ਦੱਸਣਾ ਕੋਈ ਪਿਆਰਿਆ ਰਾਸ਼ਟਰਵਾਦਾਰੇ ਤੁਸੀਂ ਇਹ ਦੱਸਦੇ ਕਿ ਸਾਡੇ ਲੋਕਾਂ ਦੀ ਸਿਹਤ ਖਰਾਬ ਹੈ ਕੀ ਹੈ ਸਾਡੇ ਲੋਕਾਂ ਨੂੰ ਸਿੱਖਿਆ ਨਹੀਂ ਮਿਲ ਰਹੀ ਇਹ ਦੱਸਦੇ ਜਾਦਾ ਬਿਹਤਰ ਸੀ ਮੈਨੂੰ ਲੱਗਦਾ ਰਾਸ਼ਟਰਵਾਦਾਰੇ ਇਸ ਕਰਕੇ ਦੱਸ ਰਹੇ ਆ ਜਾਂ ਪਹਿਰੇ ਆਜ਼ਾਦੀ ਦੇ ਆंदोलਨ ਤੋਂ ਲੈ ਕੇ ਲਗਾਤਾਰ ਇਸ ਦੇਸ਼ ਦੇ ਰਾਸ਼ਟਰਵਾਦ ਇਹ ਸਾਰੇ ਵਰਗਾਂ ਦਾ ਸਾਰੇ ਤਰ੍ਹਾਂ ਦੇ ਲੋਕਾਂ ਦਾ ਹਿੱਸਾ ਰਿਹਾ ਸਾਰੇ ਉਹਨੂੰ ਹੀ ਰਾਸ਼ਟਰ ਮੰਨਦੇ ਨੇ ਇਸ ਦੇਸ਼ ਦੇ ਕਿਸਾਨ ਦੀ ਇਸ ਦੇਸ਼ ਦੇ ਮਜ਼ਦੂਰ ਦੀ ਅਨਾਰਗਨਾਈਜ਼ ਸੈਕਟਰ ਦੇ ਬੰਦਿਆਂ ਦੀ ਔਰਤ ਦੀ ਆਦਮੀ ਦੀ ਦਲਿਤ ਦੀ ਜਲ ਜੰਗਲ ਜ਼ਮੀਨ ਦੇ ਲੜਾਈ ਲੜਨ ਵਾਲੇ ਸਾਰਿਆਂ ਦੇ ਜਿਹੜੇ ਮੁੱਦੇ ਸੀ ਉਹ ਰਾਸ਼ਟਰਵਾਦ ਦੇ ਮੁੱਦੇ ਨੇ ਐਸ ਕਰਕੇ ਹੁਣ ਤੱਕ ਇਹ ਸੀ ਜਦੋਂ 5 ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਉਸ ਤੋਂ ਬਾਅਦ ਬਹੁਤ ਹੀ ਬੇਸ਼ਰਮੀ ਨਾਲ ਇਹਨਾਂ ਨੇ ਰਾਸ਼ਟਰਵਾਦ ਦੀ ਪਰਿਭਾਸ਼ਾ ਨੂੰ ਜਰਮਨ ਤੋਂ ਲਿਆ ਕੇ ਇੱਥੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਇਹਨਾਂ ਨੂੰ ਸਵਾਲ ਕਰਦਾ ਉਹਨੂੰ ਕਹਿੰਦੇ ਨੇ ਰਾਸ਼ਟਰದ್ರੋਹੀ ਹੈ ਉਹਨੂੰ ਕਹਿੰਦੇ ਨੇ ਪਾਕਿਸਤਾਨ ਚਲੇ ਜਾਓ ਜਿਹੜੇ ਪਾਰਟੀ ਜਿਹੜੇ ਲੋਕ ਭਗਵਤ ਤਿਰੰਗਾ ਦੇ ਵਿੱਚੋਂ ਕੀ ਚੁਣਨਾ ਹੈ ਇਸ ਚੁਣੌਤੀ ਕਰ ਸਕੇ ਲਗਾਤਾਰ ਭਗਵੇ ਦੀ ਗੱਲ ਕਰਦੇ ਰਹੇ ਕੇਸਰੀ ਦੀ ਗੱਲ ਕਰਦੇ ਰਹੇ ਤਿਰੰਗੇ ਦੀ ਜਿਹਨਾਂ ਨੇ ਗੱਲ ਨਹੀਂ ਕੀਤੀ ਹੁਣ ਉਹ ਰਾਸ਼ਟਰਵਾਦ ਦੇ ਠੇਕੇਦਾਰ ਬਣਨਾ ਚਾਹੁੰਦੇ ਨੇ ਇਸ ਕਰਕੇ ਇਸ ਦੇਸ਼ ਦੀ ਜਨਤਾ ਦੀ ਇਸ ਸਭਾਜ ਨੂੰ ਕਿ ਸਾਡਾ ਰਾਸ਼ਟਰਵਾਦ ਇਸ ਦੇਸ਼ ਦੇ ਹਰ ਗਰੀਬ ਗੁਰਬੇ ਦੀ ਆਵਾਜ਼ ਉਹਦੇ ਹਿੱਤ ਉਹਦੀ ਬਦਹਾਲੀ ਤੋਂ ਬਾਹਰ ਕੱਢਣ ਦੇ ਹਰ ਪ੍ਰਯੋਗ ਸਾਡਾ ਰਾਸ਼ਟਰਵਾਦ ਹੋਇਆ ਇੱਥੇ ਕਿਸਾਨਾਂ ਦੀ ਫਸਲਾਂ ਕਿਵੇਂ ਵਿਕਣਗੀਆਂ ਮਜ਼ਦੂਰਾਂ ਦੀ ਰੋਟੀ ਕਿਵੇਂ ਚੱਲੇਗੀ ਮਨਰੇਗਾ ਕਿਵੇਂ ਚੱਲੇਗਾ ਇਹ ਇਸ ਤਰ੍ਹਾਂ ਕਿੰਨੀਆਂ ਸਕੀਮਾਂ ਜੰਗਲਾਂ 'ਚ ਰਹਿਣ ਵਾਲੇ ਲੋਕ ਜ਼ਿੰਦਾ ਕਿਵੇਂ ਰਹਿਣਗੇ ਇਹ ਅੰਬਾਨੀ ਅਡਾਨੀ ਨੂੰ ਸਾਰਾ ਕੁਝ ਵੇਚ ਦਿੱਤਾ ਜਾਏਗਾ ਤੇ ਉਹਨਾਂ ਨੂੰ ਉਜਾੜ ਦਿੱਤਾ ਜਾਏਗਾ ਇਹ ਸਾਡੀ ਰਾਸ਼ਟਰੀਵਾਦੀ ਜਿਹੜੀ ਸਮਝ ਸੀ ਉਹਨੂੰ ਤੈਸਨਾਸ ਕਰਨ ਦੀ ਕੋਸ਼ਿਸ਼ ਭਾਰਤੀ ਜਨਤਾ ਪਾਰਟੀ ਨੇ ਕੀਤੀ ਹੈ ਐਸ ਕਰਕੇ ਅੱਜ ਸਾਨੂੰ ਇਹ ਗੱਲ ਕਰਨੀ ਪੈ ਰਹੀ ਹੈ ਇਹ ਗੱਲ ਹੋਰ ਇਹਨਾਂ ਨੇ ਕਸ਼ਮੀਰ ਦੀ ਕੀਤੀ ਕਸ਼ਮੀਰ ਦੇ ਵਿੱਚ ਕਸ਼ਮੀਰੀ ਪੰਡਿਤਾਂ ਨੂੰ ਇਹ ਜੇ ਹਾਲਾਤ ਬਣਾ ਕੇ ਮਾਰਕੁੱਟ ਕੇ ਬਾਹਰ ਕੱਢ ਦਿੱਤਾ ਗਿਆ ਬਿਲਕੁਲ ਉਹਨਾਂ ਨੇ ਉੱਥੇ ਬਸਾਉਣਾ ਚਾਹੀਦਾ ਇਸ ਦੇਸ਼ ਦੀ ਹਰ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਇਹ ਜਿਹੜੇ 5 ਸਾਲ ਤੋਂ ਸਰਕਾਰ ਹੋਣਾ ਇਹਦੀ ਵੀ ਜ਼ਿੰਮੇਵਾਰੀ ਹੈ ਇਹ ਉਹ ਸਰਕਾਰ ਸੀਗੀ ਜਿਹਨੇ ਪੀਡੀਪੀ ਦੇ ਨਾਲ ਮਿਲ ਕੇ ਕਸ਼ਮੀਰ ਦੇ ਵਿੱਚ ਵੀ ਇਹਨਾਂ ਦੀ ਸਰਕਾਰ ਸੀ ਜੰਮੂ ਕਸ਼ਮੀਰ ਦੇ ਵਿੱਚ ਵੀ ਤੇ ਸੈਂਟਰ ਦੇ ਵਿੱਚ ਸੀ ਇਹ ਦੱਸਣ ਕਿ ਇਹਨਾਂ ਨੇ ਕੰਮ ਕੰਮ ਕਿਉਂ ਨਹੀਂ ਕੀਤਾ ਜਿਹੜਾ ਸਿਰਫ ਇੱਕੋ ਹੀ ਗੱਲ ਕਰਦੇ ਨੇ ਕੀ ਕਸ਼ਮੀਰ ਜੇ ਕੋਈ ਗੱਲ ਕਰੋ ਕਸ਼ਮੀਰ ਦੇ ਪੰਡਿਤ amare ਗੱਲ ਕਿਉਂ ਨਹੀਂ ਕਰਦੇ ਅਰੇ ਵੀ ਪੁੱਛਦਾ ਲੋ ਅਸੀਂ ਮੈਂ ਤਾਂ ਕਹਿ ਰਿਹਾ ਉਹਨਾਂ ਨੂੰ ਬਸਾਉਣਾ ਚਾਹੀਦਾ ਸਰਕਾਰ ਦੀ ਡਿਊਟੀ ਬਣਦੀ ਹੈ ਕਿਸੇ ਵੀ ਬਥਾਂ ਦੇ ਰਹਿਣ ਵਾਲੇ ਬੰਦਿਆਂ ਨੂੰ ਉੱਥੋਂ ਉਜਾੜਿਆ ਜਾਂਦਾ ਹੈ ਬਾਹਰ ਕੱਢਿਆ ਜਾਂਦਾ ਹੈ ਸਰਕਾਰ ਦਾ ਡਿਊਟੀ ਬਣਦੀ ਹੈ ਕਿ ਉਹਨਾਂ ਨੂੰ ਉੱਥੇ ਵਸਾਇਆ ਜਾਵੇ ਜੇ ਉਹ ਵੱਡੇ ਬੰਦੇ ਨਾ ਤੇ ਉਜਾੜੇ ਜਾਵੇ ਜੇ ਵੱਡੀ ਫੈਕਟਰੀ ਦੇ ਨਾਲ ਉਜਾੜੇ ਜਾਵੇ ਉਹਨਾਂ ਨੂੰ ਉੱਥੇ ਬਸਾਣਾ ਸਰਕਾਰ ਦੀ ਡਿਊਟੀ ਹੈ ਪੁੱਲਰ ਸਾਹਿਬ ਐਸ ਕਰਕੇ ਸਾਨੂੰ ਅੱਜ ਰਾਸ਼ਟਰੀ ਗੱਲ ਕਰਨੀ ਪੈ ਰਹੀ ਹੈ ਪੁੱਲਰ ਸਾਹਿਬ ਤੁਸੀਂ ਇਹਨਾਂ ਅੱਗੇ ਜ਼ਿਕਰ ਕੀਤਾ ਕਸ਼ਮੀਰੀ ਪੰਡਤਾਂ ਬਾਰੇ ਮੈਂ ਸਵਾਲ ਕਰਨਾ ਤੁਹਾਨੂੰ ਛੋਣਾ ਤੁਹਾਨੂੰ ਤੁਸੀਂ ਕਸ਼ਮੀਰੀਆਂ ਬਾਰੇ ਜ਼ਿਕਰ ਕਿਉਂ ਨਹੀਂ ਕਰ ਦਿੱਤਾ ਕਸ਼ਮੀਰ ਜਦੋਂ ਇੱਥੇ ਇੱਥੇ ਹੁਣ ਕਟਨਾਵਾਵਾਂ ਹੋਈਆਂ ਉਸ ਤੋਂ ਬਾਅਦ ਕਸ਼ਮੀਰੀ ਇਧਰ ਉਧਰ ਭਜਦੇ ਫਿਰਦੇ ਸੀਗੇ ਤੇ ਹੁਣ ਉਮਰ ਅਬਦੁੱਲਾ ਦਾ ਬਿਆਨ ਆਇਆ ਹੈ ਕਿ ਕਸ਼ਮੀਰੀਆਂ ਨੂੰ ਸਿੱਖ ਕੌਮ ਨੇ ਸਾਂਭਿਆ ਹੈ ਕਹਿੰਦਾ ਮਤਲਬ ਕੀ ਹੈਗਾ ਪੁੱਤਰ ਸਾਹਿਬ ਦੇਖੋ ਬਹੁਤ ਕੱਟੇ ਹੋਈਆਂ ਕਟਨਾਵਾਵਾਂ ਹੋਈਆਂ ਨੇ ਜਿੱਥੇ ਇਹੋ ਜਿਹਾ ਕੁਝ ਹੋਇਆ ਹੋਵੇ ਕਿਸੇ ਕਸ਼ਮੀਰੀ ਬੱਚਾ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਹੋਵੇ ਕਿਉਂਕਿ ਮਾਹੌਲ ਐਸਾ ਕ੍ਰੀਏਟ ਹੋਇਆ ਹੈ ਉਮਰ ਅਬਦੁੱਲਾ ਦਾ ਬਿਆਨ ਦੇਖੋ ਉਮਰ ਅਬਦੁੱਲਾ ਦੇ ਕਿਸੇ ਵੀ ਬਿਆਨ ਨੂੰ ਤੁਸੀਂ ਕਿਉਂਕਿ ਉਹਨੇ ਉੱਥੇ ਵੋਟਾਂ ਲੈਣੀਆਂ ਨੇ ਇਸ ਕਰਕੇ ਨਹੀਂ ਉਸੇ ਉਹ ਵੀ ਕੰਮ ਨੇ ਜਾਂ ਪੰਜਾਬੀਆਂ ਨੇ ਕਸ਼ਮੀਰੀਆਂ ਨੂੰ ਨਹੀਂ ਸੰਭਿਆ ਤੁਸੀਂ ਇਸ ਗੱਲ ਨੂੰ ਇਸ ਗੱਲ ਨੂੰ ਡਿਨਾਈ ਕਰਦੇ ਹੋ ਇਸ ਗੱਲ ਨੂੰ ਡਿਨਾਈ ਕਰਦੇ ਹੋ ਤੁਸੀਂ ਨਹੀਂ ਬਿਲਕੁਲ ਨਹੀਂ ਮੈਂ ਡਿਨਾਈ ਕਰਦਾ ਤੁਸੀਂ ਪੰਜਾਬ ਦੇ ਰੈਂਡ ਵਾਲਿਆਂ ਕੋਲੋਂ ਸਾ ਬੁੱਲਰ ਸਾਹਿਬ ਪੰਜਾਬ ਦੇਣ ਮੈਂ ਜੇ ਤੁਸੀਂ ਰਾਸ਼ਟਵਾਦੀ ਪਰਵਾਸ਼ਾ ਕਰੀ ਤਾਂ ਫਿਰ ਸਾਰੇ ਕਸ਼ਮੀਰੀਆਂ ਨੂੰ ਵਿੱਚ ਕਿਉਂ ਨਹੀਂ ਕਹਿੰਦੇ ਤੁਸੀਂ ਇਕੱਲੇ ਕਸ਼ਮੀਰੀ ਬੰਦਾ ਦਾ ਜ਼ਿਕਰ ਕਿਉਂ ਕਰਦੇ ਹੋ ਅਸੀਂ ਪੂਰੇ ਕਸ਼ਮੀਰ ਨੂੰ ਕਹਿੰਦੇ ਆ ਇਹ ਹੀ ਵਜ੍ਹਾ ਹੈ ਕਿ ਅੱਜ ਕਸ਼ਮੀਰੀਆਂ ਦੀ ਭਰਤੀ ਹੋਣੀ ਸ਼ੁਰੂ ਹੋਈ ਹੈ ਫੋਰਸ ਦੇ ਵਿੱਚ ਅੱਜ ਜਦੋਂ ਇੱਥੇ ਆਰਮੀ ਦੇ ਵਿੱਚ ਨਿਕਲਦੀ ਹੈ ਪੋਸਟਾਂ ਇਹ ਪਹਿਲੀ ਵਾਰ ਨਹੀਂ ਹੋਈ ਬੁੱਲਰ ਸਾਹਿਬ ਇਹ ਪਹਿਲੀ ਵਾਰ ਨਹੀਂ ਹੋਈ ਨਹੀਂ ਇਹ ਤੁਸੀਂ ਨਹੀਂ ਆਕੇ ਸ਼ੁਰੂ ਕੀਤਾ ਇਸ ਤੋਂ ਪਹਿਲਾਂ ਵੀ ਹੁੰਦੀ ਰਹੀ ਹੈ ਕਸ਼ਮੀਰੀ ਇੱਥੇ ਪਰਤੀ ਹੋਈ ਨਹੀਂ ਸੀ ਤਸਵੀਰੀ ਇਸ ਤੋਂ ਪਹਿਲਾਂ ਫੌਜ ਵਿੱਚ ਹੀ ਨਹੀਂ ਸੀਗੇ ਮੈਂ ਕਹਿੰਦਾ ਇੱਥੇ ਪਰਤੀ ਹੋਈ ਨਹੀਂ ਸੀ ਪਿਛਲੇ 10 ਸਾਲ ਤੋਂ ਕਸ਼ਮੀਰੀ ਇਸ ਤੋਂ ਪਹਿਲਾਂ ਫੌਜ ਵਿੱਚ ਨਹੀਂ ਸੀਗੇ ਕਸ਼ਮੀਰੀ ਇਸ ਤੋਂ ਪਹਿਲਾਂ ਫੌਜ ਵਿੱਚ ਨਹੀਂ ਸੀਗੇ ਤਨਾਈ ਕਰਦੇ ਸੀ ਫੌਜ ਚੋਂ ਤੋਂ ਅੱਜ ਇੱਥੇ ਫੌਜ ਦੇ ਵਿੱਚ ਪਰਤੀ ਹੋਣੀ ਸ਼ੁਰੂ ਹੋਈ ਹੈ ਅੱਜ ਜਿਹੜੇ ਡਿਸਟਿਕ ਇਫੈਕਟ ਦੇ ਰਹੇ ਜਿਵੇਂ ਅਸੀਂ ਦੇ ਇਗਜ਼ਾਮ ਹੁਣ 80 ਲੋਕਾਂ ਨੇ ਸ਼ੁਰੂ ਹੋਏ ਨੇ ਅੱਜ ਕਸ਼ਮੀਰੀ ਬਾਹਰ ਨਿਕਲ ਕੇ ਪੜ੍ਹਨ ਆਉਣਾ ਸ਼ੁਰੂ ਹੋਇਆ ਹੈ ਅੱਜ ਕਸ਼ਮੀਰੀ ਜਿਹੜਾ ਹੈਗਾ ਸਟੂਡੈਂਟ ਜਿਹੜਾ ਹੈ ਬਾਕੀ ਸੈਟਾਂ ਜਾਣਾ ਸ਼ੁਰੂ ਹੋਇ ਦੁਬਾਰਾ ਉੱਥੇ ਜਿਹੜਾ ਹਾਲਾਤ ਜਿਹੜੇ ਸੁਖਾਵੇਂ ਕਰਨੇ ਸ਼ੁਰੂ ਕੀਤੇ ਨੇ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਮੇ ਸਰ ਨਹੀਂ ਖਾਦੀ ਆ ਪਹਿਲਾਂ ਕਸਮੀਰੀ ਬੰਦੀ ਸੀ ਉੱਥੇ ਕੇਪੀ ਕੋਈ ਬੰਦੀ ਨਹੀਂ ਬਾਹਰ ਨਹੀਂ ਕੋਈ ਬੰਦੀ ਨਹੀਂ 1 ਮਿੰਟ 1 ਮਿੰਟ ਬਾਹਰ ਨਿਕਲ ਕੇ ਪੜਨਾ ਆਏ ਜਰੂਰ ਸੀ ਤੁਸੀਂ ਕੁੱਟ-ਕੁੱਟ ਕੇ ਦੁਬਾਰਾ ਭੇਜਦੇ ਬਿਲਕੁਲ ਨਹੀਂ ਭੇਜੇ ਅੱਜ ਕਿੰਨੇ ਦੇ ਹੈਗੇ ਆ ਸਾਡੇ ਜਿਹੜੇ ਕੀਤੇ ਆ ਤੁਸੀਂ ਮਿਸਟ ਕੁਦਾਰਾ ਇੱਕ ਮਿੰਟ ਪਲੀਸ ਇੱਕ ਮਿੰਟ ਇੱਕ ਮਿੰਟ ਲੈ ਲਵੇ ਇੱਕ ਮਿੰਟ ਮੇਰਾ ਇਹਨਾਂ ਨਾਲ ਗੱਲ ਜਵਾ ਦੇਣ ਦੋ ਤੁਸੀਂ ਤੁਸੀਂ ਇਹਨਾਂ ਗੱਲ ਇਹ ਆ ਜੀ ਇਹਨਾਂ ਨੇ ਗੱਲ ਕੀਤੀ ਇੱਕ ਮਿੰਟ ਇਹ ਗੱਲ ਨਹੀਂ ਕਿ ਤੁਸੀਂ ਗੱਲ ਕੀਤੀ ਬੋਤਲ ਹੁੰਦੀ ਸਰਦਾਰ ਬਲਬਾਈ ਪਟੇਲ ਦੇ ਉਹਨਾਂ ਨੇ ਇਸ ਦੇਖ ਨੂੰ ਜੋੜਿਆ ਸੀ ਤੁਸੀਂ ਗੱਲ ਕਰਦੇ ਤੁਸੀਂ ਥੋੜਾ ਇੱਕ ਮਿੰਟ ਇੱਕ ਮਿੰਟ ਮਾਇਆਵਤੀ ਦੀ ਗੱਲ ਕਰਦੇ ਜਿਹਨੇ ਆਪਣੇ ਬੁੱਤ ਬਣਾਤੇ ਲੱਖਾਂ ਕਰੋੜਾ ਰੁਪਏ ਇਹਨੇ ਖਰਚ ਕਰਤਾ ਸੀ ਜਿਹਨੇ ਹਾਥੀ ਖੜੇ ਕਰਤੇ ਸੀ ਲੱਖਾਂ ਕਰੋੜਾ ਰੁਪਏ ਖਰਚ ਕੀਤਾ ਸੀਗਾ ਉਹਦਾ ਸਵਾਲ ਕਰਦੇ ਤੁਸੀਂ ਚੰਗੇ ਲੱਗਦੇ ਅੱਜ ਇੱਕ ਐਸਾ ਲੋਕ ਪੁੱਛਦਾ ਐਸਾ ਲੋਕ ਇਸ ਦੇਸ਼ ਵਿੱਚ ਜਿੰਨੇ ਬਹੁਤ ਥੋੜੇ ਜਾਂਦੇ ਐ ਇਸ ਦੇਸ਼ ਵਿੱਚ ਪੱਗਾਂ ਸੇ ਬਹੁਤ ਥੋੜੇ ਜਾਂਦੇ ਤੁਸੀਂ ਉਹ ਕਹਿੰਦੀ ਗੱਲ ਕਰਦਾ ਇਸ ਦੇਸ਼ ਵਿੱਚ ਮਹਾਤਮਾ ਜੀ ਬਹੁਤ ਥੋੜੇ ਜਾਂਦਾ ਉਹ ਨਹੀਂ ਕਹਿੰਦੀ ਗੱਲ ਆ ਬੋਲੋ ਗੁਦਾਰ ਸਾਹਿਬ ਮੈਂ ਕੰਮ ਨਹੀਂ ਕੋਈ ਨਹੀਂ ਥੋੜੇ ਇਹਨਾਂ ਸਾਹਿਬ ਪਲੀਜ਼ ਅੰਬੇਰ ਕਰ ਸਾਡਾ ਬਹੁਤ ਵੀ ਥੋੜਾ ਜਾਂਦਾ ਇਸ ਦੇਸ਼ ਵਿੱਚ ਫੈਕਚੁਅਲ ਗੱਲ ਕਹਿਣਾ ਚਾਹਨਾ ਅੱਜ ਸਥਿਤੀ ਹੈ ਪੁਲਵਾਮ ਦੀ ਘਟਨਾ ਤੋਂ ਬਾਅਦ ਹਰਿਆਣਾ ਪੰਜਾਬ ਲਖਨਊ ਉੱਤਰ ਪ੍ਰਦੇਸ਼ ਉੱਤਰਾਖੰਡ ਕਿਤੇ ਵੀ ਪੜਨ ਵਾਲੇ ਜਿਹੜੇ ਕਸ਼ਮੀਰ ਦੇ ਉਠਾਇਆ ਸੀ ਇੰਜੀਨੀਅਰਿੰਗ ਕਰਨ ਆਇਆ ਸੀ ਪੜਨ ਆਇਆ ਸੀ ਇਸ ਦੇਸ਼ ਦੇ ਵਿੱਚ ਇਕਾਕਰਨ ਹੋਣ ਆਇਆ ਸੀ ਪੂਰੇ ਦੇਸ਼ ਨੂੰ ਜੋੜਨ ਦੀ ਇੱਕ ਪ੍ਰਕਿਰਿਆ ਸੀ ਉਸ ਘਟਨਾ ਤੋਂ ਬਾਅਦ ਅੰਬਾਲਾ ਜ਼ਿਲ੍ਹੇ ਦੇ ਮੁਲਾਣਾ ਚੋਂ ਹਮ ਦੇਰਦੂੰ ਚੋਂ ਲਖਨਊ ਦੇ ਵਿੱਚ ਘਟਨਾ ਹੋਈ ਕਿੱਥੇ ਕਿੱਥੇ ਨਹੀਂ ਹੋਇਆ ਪੰਜਾਬ ਦੇ ਵਿੱਚ ਇਹ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀ ਘਟਨਾਵਾਂ ਨਹੀਂ ਹੋਈਆਂ ਸਰ ਇੱਕ ਮਿੰਟ ਕਰਾਂਗੇ ਨਾ ਉਹਦੀ ਗੱਲ ਹੁਣ ਗੱਲ ਜਿਹੜੀ ਚੱਲ ਰਹੀ ਉਹ ਕਰੋ ਨਾ ਨਹੀਂ ਉਹ ਵੀ ਨਾਲ ਛੋੜੋ ਨਾ ਗੱਲ ਉਹ ਵੀ ਨਾਲ ਕਰੋ ਕਿ ਜਿਹੜਾ 84 ਦੇ ਵਿੱਚ ਇਹਨੇ ਲੋਕਾਂ ਨੂੰ ਕਤਲ ਕਰ ਦਿੱਤਾ ਹੈ ਅਸੀਂ 88 ਦੀ ਗੱਲ ਸਰ ਮੈਂ 84 ਦੀ ਗੱਲ ਕਰ ਰਿਹਾ ਸਾਰਿਆਂ ਦੀ ਗੱਲ ਕਰਨੀ ਪਵੇਗੀ ਇੱਕ ਪਾਸੇ ਨਾ ਚਲੋ ਤੁਸੀਂ ਸੁਣੋ ਨਾ ਕਰ ਰਹੇ ਸਾਰਿਆਂ ਦੀ ਮੈਂ 88 ਦੀ ਵੀ ਕਰੂੰਗਾ ਵੇ 2002 ਦੇ ਵਿੱਚ ਗੁਜਰਾਤ ਦੇ ਵਿੱਚ ਜੋ ਕਿਤਾ ਸੀ ਉਹਦੀ ਵੀ ਗੱਲ ਕਰੂੰਗਾ ਪਰ ਉਹ ਕਸ਼ਮੀਰੀਆ ਨੂੰ 2000 ਤੋਂ ਵੱਧ ਕਸ਼ਮੀਰੀ ਵਿਊਥ ਨੂੰ ਵਾਪਸ ਭੇਜ ਦਿੱਤਾ ਗਿਆ ਕੋਈ ਉਹਨਾਂ ਦੀ ਸੁਰੱਖਿਆ ਨਹੀਂ ਹੋਈ ਹਰਿਆਣਾ ਦੇ ਵਿੱਚ ਵੀ ਨਹੀਂ ਹੋਈ ਉੱਤਰ ਉੱਤਰਾਖੰਡ ਚ ਨਹੀਂ ਹੋਈ ਕਸ਼ਮੀਰ ਲਖਨਊ ਚ ਮਾਰ ਦਿੱਤੇ ਗਏ ਐਸ ਕਰਕੇ ਜਿਹੜਾ ਦੇਸ਼ ਨੂੰ ਜੋੜਨ ਦੀ ਗੱਲ ਸੀ ਜਿਹੜਾ ਰਾਸ਼ਟਰਵਾਦੀ ਅਸਲੀ ਪਹਿਚਾਨ ਸੀ ਉਹ ਦਾ ਤਹਿਸ ਨਹਿਸ ਕਰ ਦਿੱਤਾ ਗਿਆ ਇਹ ਵੀ ਜਵਾਬ ਆ ਜਾਣਾ ਚਾਹੀਦਾ 2002 ਦੀ ਗੱਲ ਵੀ ਨਾਲ ਹੋ ਜਾਣੀ ਚਾਹੀਦੀ 2002 ਦੇ ਵਿੱਚ ਜਿਨ੍ਹਾਂ ਨੇ ਰੇਲ ਪਲੀਜ਼ 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 ਸਜ਼ਾ ਹੋਣੀ ਚਾਹੀਦੀ ਉਹਦੀ ਵੀ ਗੱਲ ਕਰ ਲੈਣਾ ਉਹਦੀ ਵੀ ਹੋਣੀ ਚਾਹੀਦੀ ਬਾਅਦ ਵਿੱਚ ਜਿਹੜੇ ਆਉਂਦੇ ਨੇ ਉਹਦੀ ਵੀ ਹੋਣੀ ਚਾਹੀਦੀ ਜਿਹੜੇ ਬੇਗਾਨਾ ਕਰੋ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਆਦੇਸ਼ ਅਮਿਤ ਸ਼ਾ ਕਿਹੜੀ ਗੱਲ ਦੇ ਵਿੱਚ ਮਿਲਦੇ ਹੈ ਕੇਸਰਨ ਦੇ આરોਪ ਨੇ ਉਹਦੇ ਕੋਣ ਨਹੀਂ ਜਾਣਦਾ ਹਮ ਡਟਤਾਰ ਸੰਧੋ ਜੀ ਲੋਕਾਂ ਅਕੇ ਵੱਡੀ ਲੜਾਈ ਕਿਹੜੀ ਹੈ ਕੀ ਹੈ ਸਨਤ ਸਿੱਖਿਆ ਸੇਤ ਗਰੀਬੀ ਬੇਰੋਜ਼ਗਾਰੀ ਪੇਸ਼ਾਚਾਰੀ ਜਾਂ ਦੇਸ਼ ਨੂੰ ਜੋੜਨਾ ਹੈ ਜੀ ਦੇਖੋ ਜੀ ਦੇਸ਼ ਬਿਲਕੁਲ ਨਹੀਂ ਟੁੱਟਦਾਗਾ ਨੰਬਰ 1 ਇੰਨਾ ਕ ਡੀਪ ਰੂਟਡ ਸਾਡੀ ਡੈਮੋਕ੍ਰੇਸੀ ਤੇ ਸਾਡੀ ਜਿਹੜੀ ਪੈਟਰੀਟਿਅਮ ਹੈ ਉਹਨੂੰ ਕਿਸੇ ਤੋਂ ਸਰਟੀਫੀਕੇਟ ਲੈਣ ਦੀ ਲੋੜ ਨਹੀਂ ਆਮ ਲੋਕਾਂ ਨੂੰ ਔਰ ਉਹਨਾਂ ਨੇ ਸਮੇਂ-ਸਮੇਂ ਤੇ ਪ੍ਰੂਵ ਕੀਤਾ ਜਿੱਥੋਂ ਤੱਕ ਹੈਗਾ ਉਹਨਾਂ ਦੇ ਮਸਲਿਆਂ ਦਾ ਸਵਾਲ ਆ ਪਿਛਲੇ 5 ਸੂਬਿਆਂ 'ਚ ਜਿਹੜੀਆਂ ਚੂਨਾ ਹੋਈਆਂ ਇਹਨਾਂ ਦਾ ਜੇ ਰੂਰਲ ਇੰਡੀਆ ਦਾ ਫਤਵਾ ਦੇਖ ਲਵੋ ਬੀਜੇਪੀ ਦੇ ਖਿਲਾਫ ਆਇਆ ਉਹ ਕਿਉਂ ਆਇਆ ਇਸ ਕਰਕੇ ਕਿ ਜਿਹੜੀ ਇਹ ਏਬਾਨੀਆਂ ਅਡਾਨੀਆਂ ਤੇ ਕਾਰਪੋਰੇਟਡ ਹਾਊਸੇਸ ਨੂੰ ਇਸ 55 ਸਾਲਾਂ ਦੇ ਵਿੱਚ ਇਹਨਾਂ ਨੇ ਰਾਜ ਕੇ ਖੁਸ਼ ਕੀਤਾ ਤੇ ਉਹਨਾਂ ਨੂੰ ਆਮ ਬੰਦੇ ਨੂੰ ਗਰੋਰ ਕੀਤਾ ਉਹਨੇ ਇਸ ਗੱਲ ਦਾ ਫਤਵਾ ਇਹਨਾਂ ਦੀ ਗੱਲ ਪਰ ਡਾਕਟਰ ਜਰਸਨ ਤੋਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਰੂਰਲ ਇੰਡੀਆ ਨੂੰ ਪਿੱਛੇ ੱਟਣ ਦੇ ਲਈ ਬੀਜ ਤੁਸੀਂ ਵੀ ਬੋਇਆ ਉਹਦੇ 'ਚ ਮੈਂ ਦੱਸਦਾ ਉਹ ਓਵਰਆਲ ਕੈਪਟਲਿਜ਼ਮ ਦੀ ਅਨਿਵਰਟ ਡਿਵੈਲਪਮੈਂਟ ਦਾ ਵੀ ਰੋਲ ਹੈ ਪਰ ਗਾਰਬਰ ਕਲਚਰ ਨੂੰ ਪ੍ਰੋਮੋਟ ਕੀਤਾ ਪਿੰਡੂ ਏਰੀਆ ਤਾਂ ਆਪਣੇ ਪਾਸੇ ਹੋ ਗਿਆ ਮੈਂ ਤੁਹਾਨੂੰ ਦੱਸਦਾ ਨਾ ਮੈਨੂੰ ਗੱਲ ਕਹਿ ਲੈਣ ਦਿਓ ਨਾ ਮੈਂ ਕਿਸੇ ਵਾਰੀ ਨਹੀਂ ਬੋਲਿਆ ਜਿਹੜੀ 2014 ਦੀ ਲੋਕ ਸਭਾ ਦੀ ਚੋਣ ਹੋਈ ਆ ਪਹਿਲੀ ਵਾਰੀ ਆਜ਼ਾਦੀ ਤੋਂ ਬਾਅਦ ਕਾਰਪੋਰੇਟ ਹਾਊਸਸਿਜ਼ ਔਰ ਮੀਡ ਕੇ ਦਾ ਇੱਕ ਵੱਡਾ ਹਿੱਸਾ ਐ ਪਾਰਟੀ ਧਰ ਬਣ ਕੇ ਨਾਲ ਆਏ ਬੀਜੇਪੀ ਦੇ ਇਦੋਂ ਪਹਿਲਾਂ ਕਿਸੇ ਰਾਜਨੀਤਿਕ ਪਾਰਟੀ ਦੇ ਅੱਖ ਚ ਨੀਝ ਆਏ ਹੁਣ 2019 ਦੀਆਂ ਚੋਣਾਂ ਚ ਸੁਣ ਲਓ 2019 ਦੀਆਂ ਚੋਣਾਂ ਚ ਕਾਰਪੋਰੇਟਡ ਹਾਊਸਸਿਜ਼ ਮੀਡ ਕੇ ਦਾ ਵੱਡਾ ਹਿੱਸਾ ਨੰਬਰ 3 ਤੇ ਉਹ ਇੰਸਟੀਚਿਊਸ਼ਨ ਜਿਨ੍ਹਾਂ ਦਾ ਇਸ 5 ਸਾਲਾਂ ਚ ਬੇੜਾ ਕਰ ਕੀਤਾ ਹੈ ਐਤਕੀ ਨੰਗੇ ਚਿੱਟੇ ਭਾਜਪੀ ਦੇ ਹੱਕ ਚ ਖੜੋਣਗੇ ਔਰ ਇੰਡੀਅਨ ਡੈਮੋਕਰੇਸੀ ਲਈ ਸਭ ਤੋਂ ਵੱਡਾ ਖਤਰਾ ਹੀ 2019 ਵਿੱਚ ਹੋਣਾ ਹੈ ਪ੍ਰਸਧ ਜੀ ਸੈਂ ਕਾਰਪੋਰੇਟ ਹਾਊਸਸ ਇਹਨਾਂ ਨੇ ਗੱਲ ਕੀਤੀ ਹੈ মিডিਆ ਹਾਊਸਸ ਇਹਨਾਂ ਨੇ ਗੱਲ ਕੀਤੀ ਹੈ ਕਿ ਕਾਰਪੋਰੇਟ ਕਲਚਰ ਤੇ মিডিਆ ਕੋਈ ਨਵੀਂ ਲਹਿਰ ਤਾਂ ਨਹੀਂ ਪੈਦਾ ਕਰ ਰਿਹਾ ਬਿਲਕੁਲ ਇਹ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਮੈਨੂੰ ਡੈਰੀ ਇਹ ਹੈ ਜਿਹੜੀ 2019 ਹੈ ਇੰਡੀਅਨ ਇੰਡੀਪੈਂਡੈਂਟ ਇੰਡੀਆ ਦੀ ਹਿਸਟਰੀ ਚ ਇਹ ਵਾਟਰਸ਼ੈਡ ਹੋਊਗੀ ਜਿਹੜੀ ਇਹ ਇਸ ਵੇਲੇ ਜਿਹੜੇ ਫਤਵਾ ਆਊਗਾ ਉਮੀਦ ਇਹ ਲੱਗ ਰਹੀ ਹੈ ਚੰਗੀ ਥੋੜੇ ਜਿਆਦਾ ਤਰਵਾਸਿਆ ਕਿ ਸ਼ਾਇਦ ਇਹਦੇ ਚ ਮੋੜਾ ਪਊਗਾ ਜਿੱਦਰ ਨੂੰ ਦੇਸ਼ ਨੂੰ ਲਗਾਤਾਰ ਇਹ ਤੇ ਕਹਿੰਦੇ ਰਾਸ਼ਟਰਵਾਦ ਦੇ ਨਾਂ ਤੇ ਅਸੀਂ ਜੋੜ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਬਹੁਤ ਮਿਹਨਤ ਨਾਲ ਤੋੜ ਰਹੇ ਹਾਂ ਘੱਟ ਗਿਣਤੀਆਂ ਦੇ ਵਿਰੁੱਧ ਹੋਰ ਜਿਸ ਤਰ੍ਹਾਂ ਕਸ਼ਮੀਰ ਦਾ ਮੁੱਦਾ ਹੋਏ ਜਾਂ ਹੋਰ ਜਿੰਨਾ ਕਸ਼ਮੀਰ ਦਾ ਵੀ ਜਿਹੜਾ ਆ ਉਹ ਜਿੰਨਾ ਬੁਰਾ ਹਾਲ ਪਿਛਲੇ 5 ਸਾਲਾਂ ਚ ਹੋਇਆ ਇਹ ਕਦੀ ਨਹੀਂ ਸੀ ਇਹ ਤਾਂ ਫੈਕਟ ਹੈਗੇ ਆ ਇਸ ਕਰਕੇ ਮੈਨੂੰ ਲੱਗਦਾ ਆ ਕਿ ਜਿਸ ਇਹ ਜਿਹੜੀ ਹੁਣ ਵਾਲੀ ਇਲੈਕਸ਼ਨ ਜਿਹੜੀ ਆ 2019 ਦੀ ਹੋਣੀ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਰੀਆਂ ਪਾਰਟੀਆਂ ਨੂੰ ਕਿ ਉਹ ਮੁੱਦਿਆਂ ਤੇ ਆਏ ਰਾਸ਼ਟਰਵਾਦੀ ਜਿਹੜੀ ਪਾਨ बार-बार ਚੜਾਉਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਨਾਲ ਕੀ ਹੋਊਗਾ ਕਿ ਜੋਸ਼ ਵਿੱਚ ਵੋਟਾਂ ਦੇ ਬੇਸ਼ੱਕ ਬੀਜੇਪੀ ਲੈ ਲੇ ਜਾਂ ਐਨਡੀਏ ਜਿਹੜੇ ਉਹਨਾਂ ਦੇ ਅਲਾਈਜ਼ ਮਿਲ ਕੇ ਵੋਟਾਂ ਲੈ ਲੈਣ ਔਰ ਇਹ ਵੀ ਉਸਦਾ ਸਰਕਾਰ ਬਣਾ ਲੈਣ ਪਰ ਜਿਹੜਾ ਖਤਰਾ ਉਸ ਤੋਂ ਬਾਅਦ ਪੈਦਾ ਹੋਊਗਾ ਉਹ ਸੰਭਿਆ ਜਾਣ ਵਾਲਾ ਨਹੀਂ ਹੋਊਗਾ ਚਾਹੀਦਾ ਇਹ ਹੈ ਕਿ ਖੋਦ ਸਕੋ ਭਾਜਪੀ ਨੂੰ ਚਾਹੀਦਾ ਹੈ ਕਿ ਥੋੜਾ ਸਮਾਂ ਲਵੇ ਔਰ ਲੋਕਾਂ ਨੂੰ ਥੋੜਾ ਜਿਆ ਤੇ ਜਿੰਨਾ ਇੰਨਾ ਹੈ ਜਿਹੜਾ ਇੰਨਾ ਦਬ ਦਬਾ ਉਹਨਾਂ ਦੇ ਉੱਤੇ ਬਣ ਗਿਆ ਸਾਰੇ ਪਾਸਿਓ ਉਹਦੇ ਵਿੱਚ ਕੁਝ ਤੇ ਰਾਹਤ ਮਿਲੇ ਕੁਝ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਸ਼ਿਸ਼ ਕੀਤੀ ਜਾਰੀ ਆ ਬਾਕੀ ਜਿਤਨਾ ਰਾਹੁਲ ਗਾਂਧੀ ਜੀ ਨੇ 72000 ਕਰੋੜ ਰੁਪਏ ਦਾ ਕੁਝ ਕੀਤਾ ਕੇ ਆਪਾਂ ਮੁਧਿਆ ਤੇ ਆਈਏ এমਪਲॉयਮੈਂਟ ਤੇ ਆਈਏ ਰਾਹਤ ਤੇ ਆਈਏ ਕਿਸਾਨੀ ਤੇ ਆਈਏ ਯੂਥ ਤੇ ਆਈਏ এমਪਲॉयਮੈਂਟ ਤੇ ਐਜੂਕੇਸ਼ਨ ਤੇ ਇਸੇ ਤੇ ਇਹ ਇਹ ਗੱਲ ਚੱਲ ਰਹੀ ਹੈ ਕੋਸ਼ਿਸ਼ ਹੋ ਰਹੀ ਹੈ ਪਰ ਕਿਉਂਕਿ ਕਾਰਪੋਰੇਟਾਂ ਨੇ ਸਾਰੇ ਪਾਸੇ ਜਿਵੇਂ ਸੰਧੂ ਤਾਰਾ ਸਿੰਘ ਸੰਧੂਣੀ ਕਹਿ ਰਿਆ ਕਬਜਾ ਇਹਨਾ ਕਰ ਲਿਆ ਔਰ ਜਿਹੜੀ ਹੁਣ ਵਾਲੀ ਲੀਡਰਸ਼ਿਪ ਆ ਉਹ ਸਿੱਧੇ ਤੇ ਸਿੱਧੇ ਪਿਆਲੀਦਾਰ ਕਾਰਪੋਰੇਟਰਾਂ ਨਾ ਬਣ ਗਿਆ ਲੋਕਾਂ ਨੂੰ ਛੱਡ ਗਿਆ ਗੱਲ ਰਾਸ਼ਟਰਪਤੀ ਦੀ ਲਫਾਫਾਇਆ ਝੂਠਾ ਠੀਕ ਹੈ ਖੋਰ ਛੋੜਾ ਬ੍ਰੇਕ ਲਵਾਂਗੇ ਆਖਰੀ ਹਿੱਸੇ ਵਿੱਚ ਹੋਵਾਂਗੇ ਅਸੀਂ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਤੁਹਾਡੇ ਤੱਕ ਗੱਲ ਪਹੁੰਚ ਆਵੇ ਜੇ ਗੱਲ ਨਹੀਂ ਪਹੁੰਚੂਗੀ ਤਾਂ ਤੁਸੀਂ ਫੈਸਲਾ ਨਹੀਂ ਕਰ ਸਕੋਗੇ ਕਿ ਅਸੀਂ ਵੋਟ ਕਿਹੜੇ ਮੁੱਦੇ ਤੇ ਪਾਉਣੀ ਹੈ ਮੁੱਦੇ ਤੁਹਾਡੀ ਸਕਰੀਨ ਤੇ ਲਗਾਤਾਰ ਅਸੀਂ ਦਿਖਾ ਰਹੇ ਆ ਇਹ ਮੁੱਦਿਆਂ ਦੀ ਲੜਾਈ ਤੁਹਾਡੇ ਅੱਗੇ ਹੈ ਕਿ ਆ ਇਹਨਾਂ ਨੂੰ ਕਿਸ ਨੂੰ ਤੁਸੀਂ ਮੁੱਦਾ ਸਮਝਦੇ ਹੋ ਕਿਸ ਨੂੰ ਨਹੀਂ ਸਮਝਦੇ ਇਹ ਫੈਸਲਾ ਤੁਸੀਂ ਕਰਨਾ ਹੈ ਪਰ ਵੋਟ ਸੋਚ ਸਮਝ ਕੇ ਪਾਉਣੀ ਹੈ 2019 ਵਿੱਚ ਕਿਹੜੀ ਲਹਿਰ ਆ ਬ੍ਰੇਕ ਤੋਂ ਵਾਪਸ ਆ ਰਹੀ ਹੈ ਅਸ-ਸਲਾਮ ਵਾਲਿਓ ਬਹੁਤ ਸਾਰੇ ਸਵਾਲ اسئله ਪੁੱਛ ਰਹੇ ਆ ਲੋਕ ਸਭਾ ਚੋਣਾਂ ਵਿੱਚ ਕਿਸ ਮੁੱਦੇ ਤੇ ਵੋਟ ਪਾਏਗਾ ਭਾਰ ਪਹਿਲਾਂ ਮੈਨੂੰ ਇਹ ਸਵਾਲ ਦਾ ਜਵਾਬ ਦੇ ਦਿਓ ਸਿਆਸਤ ਦਾ ਫੌਜੀਕਰਨ ਹੋਇਆ ਜਾਂ ਸਿਆਸਤ ਦੇ ਵਿਚਾਰੇ ਸੁਰੱਖਿਆਵਾੜ ਕੇ ਅਸੀਂ ਰਲਗੜ ਕਰਨ ਦੀ ਕੋਸ਼ਿਸ਼ ਕਰਤੀ ਹੈ ਉਹ ਸਿਆਸਤ ਦੇ ਵਿਚਾਰੇ ਅਸੀਂ ਸੁਰੱਖਿਆ ਸਰਹੱਦ ਪਾਕਿਸਤਾਨ ਰਾਸ਼ਟਰਵਾਦ ਸਾਰਾ ਕੁਝ ਪਾ ਕੇ ਇੱਕ ਨਵੀਂ ਤਰ੍ਹਾਂ ਦੀ ਲਹਿਰ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨਹੀਂ ਦੇਸ਼ ਦੇ ਅੰਦਰ ਜਿਹੜਾ RSS ਦਾ ਇੱਕ ਹਿੰਦੂ ਰਾਸ਼ਟਰਵਾਦ ਦਾ ਅਜੰਡਾ ਆ ਉਹਨੂੰ ਬੜੇ ਬੁਰੇ ਤਰੀਕੇ ਨਾਲ ਫਾਲੋ ਕੀਤਾ ਜਾ ਰਿਹਾ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅੱਜ ਜਿੰਨੀ ਵੀ ਅਫੜਾ ਤਫੜੀ ਤੁਸੀਂ ਦੇਖ ਰਹੇ ਹੋ ਉਹ ਉਸੇ ਦੀ ਸੇਧ ਦੇ ਵਿੱਚ ਆ ਔਰ ਖਤਰਾ ਇਹ ਹੈ ਕਿ ਇੱਥੋਂ ਦੀ ਜਿਹੜਾ ਕਨਸਟੀਟਿਊਸ਼ਨਲ ਡੈਮੋਕ੍ਰੇਸੀ ਆ ਮੈਨੂੰ ਲੱਗਦਾ ਸਭ ਤੋਂ ਵੱਡਾ ਉਹਨੂੰ ਖਤਰਾ ਆ ਔਰ ਉਹਦੇ ਤੋਂ ਪਹਿਲਾਂ ਜਿਹੜੇ ਸਭ ਤੋਂ ਟਾਰਗੇਟ ਹੋਣਗੇ ਉਹ ਦਲੇਤ ਹੋਣਗੇ ਔਰਤਾਂ ਹੋਣਗੀਆਂ ਆ ਆ ਔਰ ਕੱਟਗਿੰਟੀਆਂ ਹੋਣਗੀਆਂ ਔਰ ਫਿਰ ਤੁਸੀਂ ਮੈਨੂੰ ਨਹੀਂ ਲੱਗਦਾ ਕਿ ਕਿੱਧਰ ਨੂੰ ਗੱਲ ਜਾਵੇ ਕਿੱਧਰ ਨੂੰ ਉਹ ਤੇ ਇਟੂ ਮਾਚ ਪ੍ਰਡਿਕਸ਼ਨ ਇਸੇ ਲਈ ਇਹ ਜ਼ਰੂਰੀ ਹੈ ਕਿ ਹਿੰਦੁਸਤਾਨ ਦੀ ਪੋਲਿਟਿਕਸ ਜੇ ਅੱਜਕੱਲ ਬਚੀ ਸੀ ਉਹਨੂੰ ਕਿਸੇ ਨੇ ਇੱਕ ਫਿਰਕੇ ਨੇ ਜਾਂ ਇੱਕ ਧਰਮ ਨੇ ਜਾਂ ਇੱਕ ਕਿਸਮ ਦੀ ਰਾਜਨੀਤੀ ਨੇ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਂਝ ਤੇ ਚਲੋ ਹਰ ਤਰੀਕੇ ਨਾਲ ਹੋਊਗਾ ਜਿਸ ਤਰੀਕੇ ਨਾਲ ਪੋਲਿਟিক্যাল ਬੰਦਿਆਂ ਦਾ ਕੋਈ ਕੋਈ دین ਧਰਮ ਤੇ ਉਸਕੇ ਸੰਬੰਧ ਨਹੀਂ ਹੈ ਜਿੰਨੀ ਕਿ ਰਿਸਪੈਕਟ ਪਰ ਜੋ ਅੱਜ ਦੀ ਤਰੀਕ ਦੇ ਵਿੱਚ ਹੋ ਰਿਹਾ ਦਾ ਨਫ਼ਰਤ ਪੈ ਜਿਹੜਾ ਕੋਈ ਸੱਚ ਬੋਲਦਾ ਜਿਹੜਾ ਡਿਸੈਂਟ ਕਰਦਾ ਡਰ ਦੀ ਲਹਿਰ ਹੈ ਡਰ ਦੀ ਲਹਿਰ ਹੈ ਲਹਿਰ ਦੀ ਲਹਿਰ ਹੈ ਬਹੁਤ ਜ਼ਿਆਦਾ ਲੋਕ ਲਿਖਣ ਨਹੀਂ ਲਿਖਣ ਤੋਂ 10 ਵਾਰ ਸੋਚਦੇ ਆ ਹਾਲਤ ਇਹ ਬਣਾਤੀ ਆ ਕਿ ਪੀ ਐਚ ਡੀਆਂ ਕਿਹਦੇ ਤੇ ਹੋਣਗੀਆਂ ਉਹ ਮਿਨਿਸਟਰੀ ਜਾ ਕੇ ਤੁਹਾਨੂੰ ਦੱਸੂਗੀ ਟਾਪਿਕ ਇਹ ਜਾ ਕੇ ਸਰਕੂਲਰ ਆ ਗਿਆ ਯੂਨੀਵਰਸਿਟੀਆਂ ਦੇ ਅੰਦਰ اور یونیورسٹیاں ਦੇ ਅੰਦਰ ਤੁਸੀਂ ਟੈਂਕ ਟੈਂਕ ਰੱਖ ਰਹੇ ਆ ਤੁਸੀਂ ਇਹ ਤੁਸੀਂ ਤੁਸੀਂ ਮੋਦੀ ਜੀ ਦਾ ਵੀ ਬੋਤਲ ਆ ਦਿਓ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਪਰ ਟੈਂਕ ਰੱਖਣ ਦਾ ਮਤਲਬ ਕੀ ਆ ਬਦਲੇ ਬੇ ਹੈ ਕਿ ਅਸੀਂ ਜਿਹੜੀਆਂ ਆਜ਼ਾਦ ਆਵਾਜ਼ਾਂ ਆ ਜਿਹੜੀਆਂ ਜਿਹੜੀਆਂ ਰੈਸ਼ਨਲ ਤਰਕਸ਼ੀਲ ਆਵਾਜ਼ਾਂ ਆ ਉਹਨੂੰ ਕੁਚੜਾਂਗੇ ਔਰ ਟੈਂਕ ਸਾਨੂੰ ਬਾਰਡਰ ਤੇ ਨਹੀਂ ਯੂਨੀਵਰਸਿਟੀਆਂ ਦੇ ਅੰਦਰ ਰੱਖਤੇ ਆ ਲੈ ਆਕੇ ਬੁੱਲਰ ਸਾਹਿਬ ਬੁੱਲਰ ਸਾਹਿਬ ਜੋ ਪ੍ਰੈਸ ਅਮਜੀਤ ਸਿੰਘ ਖਰ ਨੇ ਕਿਹਾ ਅਸੀਂ ਤਾਂ ਸਿੱਖਿਆ ਦਾ ਸਿਆਸੀਕਰਨ ਕਰ ਦਿੱਤਾ ਜੋ ਅਸੀਂ ਖੋਜ ਕਰਨੀ ਸੀਗੀ ਸਾਡੇ ਵਿਦਿਆਰਥੀਆਂ ਨੇ ਉਸ ਖੋਜ ਦੇ ਵਿਚਾਲੇ ਉਹਨਾਂ ਤੇ ਥੋਪਿਆ ਜਾ ਰਿਹਾ ਕਿ ਤੁਸੀਂ ਖੋਜ ਆਹੀ ਕਰਨੀ ਇਹ じゃ ਕੁਝ ਨਹੀਂ ਹੈਗਾ ਇਹ ਕਹਿ ਰਹੇ ਐ ਪ੍ਰੈਸ ਸਾਹਿਬ ਸਿਰਫ ਬਣਾਉਟੀ ਗੱਲਾਂ ਇਹਨਾਂ ਦੀਆਂ ਨੇ ਇੱਥੇ ਆ ਕੇ ਦੇਈ ਜਾਂਦੇ ਸਿਲੈਕਟ ਲੈ ਆ ਕੇ ਦੱਸਣ ਸਾਨੂੰ ਇੱਕ ਮਿੰਟ ਮੇਰੀ ਹੁਣ ਪੂਰੀ ਗੱਲ ਕਰ ਲੈਣਾ ਨੰਬਰ 1 ਪ੍ਰੋਫੈਸਰ ਸਾਹਿਬ ਨੂੰ ਇੰਦਰਾ ਗਾਂਧੀ ਦੇ 500 ਹਜ਼ਾਰਾਂ ਪੁੱਤ ਲੱਗੇ ਹੋਏ ਨੇ ਨਹਿਰੂ ਦੇ ਹਜ਼ਾਰਾਂ ਪੁੱਤ ਲੱਗੇ ਹੋਏ ਨੇ ਰਜੀਵ ગાંધી ਦੇ ਹਜ਼ਾਰਾਂ ਪੁੱਤ ਲੱਗੇ ਹੋਏ ਨੇ ਉਹਨਾਂ ਉੱਤੇ ਕੋਈ ਇਤਰਾਜ਼ ਨਹੀਂ ਕਰ ਲੇਕਿਨ ਸ਼ਹੀਦ ਉਦਮ ਸਿੰਘ ਦਾ ਅੱਜ ਤੱਕ ਜਲੀਆਂ ਵਾਲੇ ਬਾਗ ਚ ਪੁੱਤ ਨਹੀਂ ਲੱਗਾ ਸੀਗਾ ਔਰ ਇੱਕ ਸੰਸਥਾ ਨੇ ਆਪਣੇ ਕੋਲੋਂ ਖਰਚਾ ਕਰਕੇ ਇੱਕ ਮਿੰਟ ਇੱਕ ਮਿੰਟ ਪੰਜਾਬ ਸਰਕਾਰ ਬਣਾਉਂਦੀ ਆ ਰੀਤ ਦੇਨੋ ਦਾ ਇਸ ਨਾਮ ਦੇ ਵਿੱਚ ਬਹੁਤ ਜਿੱਥੇ ਜਿਹੜਾ ਕਰਕੇ ਉਹਨੇ ਇਹਨਾਂ ਵੱਡਾ ਕਾਰਾ ਕੀਤਾ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਦੇ ਲਾਇਆ ਨਹੀਂ ਇੱਕ ਮਿੰਟ ਅੱਜ ਤੱਕ ਉਹਨਾਂ ਦੇ ਜਿੱਥੇ ਵੀ ਬੁੱਤ ਲੱਗੇ ਪ੍ਰਾਈਵੇਟ ਸੰਸਥਾਵਾਂ ਨੇ ਲਾਏ ਔਰ ਅਖੀਲਾ ਵਿਵਸਾਅ ਦੀ ਪ੍ਰਾਈਵੇਟ ਸੰਸਥਾਵਾਂ ਨੇ ਲਾਇਆ ਇੱਕ ਸਵਾਲ ਦਾ ਜਵਾਬ ਦੇ ਦੋਗੇ ਇੱਕ ਸਵਾਲ ਦਾ ਜਵਾਬ ਦੇ ਦੋਗੇ ਭਲਰ ਸਾਹਿਬ ਤੁਹਾਡੇ ਸਵਾਲ ਨਾਲ ਰਿਲੇਟਡ ਹੈ ਸ਼ਹੀਦ ਉਦਮ ਸਿੰਘ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਸ਼ਹੀਦ ਪਾਕਿਸਤਾਨ ਦਾ ਤੁਸੀਂ ਉਸ ਤੋਂ ਪਹਿਲਾਂ ਜ਼ਿਕਰ ਕੀਤਾ ਉਹਨਾਂ ਨੂੰ ਸਾਡੀ ਕਿਤਾਬਾਂ ਦੇ ਅਪਤਾਓ ਸਾਡੇ ਕਾਨੂੰਨ ਦੇ ਮੁਤਾਬਕ ਸਾਡੇ ਸੰਵਿਧਾਨ ਦੇ ਮੁਤਾਬਕ ਸ਼ਹੀਦ ਦਾ ਦਰਜਾ ਹਾਸਲ ਹੈ ਉਹਨਾਂ ਦੇ ਪਰਿਵਾਰ ਅੱਜ ਵੀ ਸੰਘਰਸ਼ ਕਰਦੇ ਪਏ ਆ ਇਸ ਗੱਲ ਦਾ ਜਵਾਬ ਦੇ ਸਕਦੇ ਵੈਸੇ ਉਹਨਾਂ ਨੂੰ ਤੁਹਾਡੀ ਤੁਹਾਡੇ ਸ਼ਹੀਦੀ ਦੇ ਸਨਮਾਨ ਦੀ ਲੋੜਤ ਨਹੀਂ ਹੈਗੀ ਦੇਸ਼ ਜਾਂਦਾ ਉਹ ਨਾ ਬਰੇ ਮੈਂ ਨਾਲ ਸ਼ਹੀਦੀ ਨੂੰ ਛੋਟਾ ਨਹੀਂ ਕਰ ਰਿਹਾ ਕੋਈ ਕਿਸੇ ਵੀ ਕਿਤਾਬ ਦੇ ਵਿੱਚ ਕਿਸੇ ਵੀ ਸੰਵਿਧਾਨ ਦੇ ਵਿੱਚ ਮਹਾਤਮਾ ਕਾਂਦੇ ਨੂੰ ਮਹਾਤਮਾ ਕਹਿੰਦਾ ਕਿਤੇ ਨਹੀਂ ਹੈਗਾ ਬਾਪੂ ਕਹਿੰਦਾ ਕਿਤੇ ਹੈ ਹੀ ਨਹੀਂ ਕਿ ਰਾਸ਼ਟ੍ਰਪਿਤਾ ਸਿਰਫ ਕਿੱਥੇ ਸਿਰਫ ਸਿਆਸਤ ਕਰਨ ਲਈ ਵਰਤਦੇ ਆਂ ਹੀ ਸਭ ਸਿਰਫ ਦੇਖੋ ਕਾਂਗਰਸ ਨੇ ਪਿਛਲੇ ਟਾਈਮ ਦੇ ਵਿੱਚ ਇਹ ਕਹਿੰਦੇ ਆ ਆਜ਼ਾਦੀ ਜਦੋਂ ਐਮਰਜੈਂਸੀ ਲੱਗੀ ਸੀ ਤੁਸੀਂ ਤੇ ਉਦੋਂ ਹੋ ਗਏ ਅਸੀਂ ਤੇ ਨਹੀਂ ਸੀ ਹੈਗੇ ਮਤਲਬ ਛੋਟੇ ਸੀਗੇ ਤੁਸੀਂ ਇਹ ਦੱਸੋ ਵੀ ਉਦੋਂ ਕੀ ਸੀਗਾ ਉਦੋਂ ਆਜ਼ਾਦੀ ਸੀ ਤੁਸੀਂ ਆਜ਼ਾਦੀ ਦੀ ਗੱਲ ਕਰਦੇ ਹੋ ਨਹੀਂ ਨਹੀਂ ਲਿਖਣ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਬਿਲਕੁਲ ਮਾਰੀ ਗੱਲ ਤੁਸੀਂ ਹੁਣ ਪਰਮਾਨੈਂਟ ਲੰਮ ਚਾਉਂਦੇ ਹੋ ਇੱਕ ਮਿੰਟ ਇੱਕ ਮਿੰਟ ਕੋਈ ਪਰਮਾਨੈਂਟ ਜਿਹੜਾ ਖਿਆਜਾ ਵੀ ਹੁੰਦਿਆ ਵੀ ਪੁੱਛੋ ਅਸਾਂ ਮੀਡੀਆ ਖੜਾ ਹੁੰਦਾ ਸਾਹਮਣੇ ਬੱਲਵੰਤ ਸਾਹਿਬ ਕੋਲ ਸਾਹਮਣੇ ਦੂਸਰੀ ਗੱਲ ਦਲਿਤਾਂ ਦੀ ਗੱਲ ਕਰ ਰਹੇ ਦਲਿਤਾਂ ਦੇ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਸੀ ਜੇ ਦਲਿਤਾਂ ਬੋਲਦੇ ਸਾਹਿਬ ਵੀ ਗੱਲ ਦੇਦੇ ਜਿਹੜੇ ਸੀ ਜਿਹੜੇ ਬੱਲਵੰਤ ਜੀ ਨਹੀਂ ਸੁਣੀ ਸੀ ਕਾ ਮੰਡਲ ਕਿਉਂ ਆਉਂਦਾ ਇਹ ਮੈਂ ਦੱਸਦਾ ਅੰਸ਼ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਲੋ ਹੁਣ ਤੁਸੀਂ ਤੁਸੀਂ ਆਪਣੀ ਗੱਲ ਦਾ ਜਵਾਬ ਲੈ ਲਓ ਆਪਣੀ ਗੱਲ ਦਾ ਜਵਾਬ ਲੈ ਲਓ ਸਰ ਮੰਡਲ ਦਾ ਦਲਿਤੋਂ ਕੋਈ ਵਾਸਤਾ ਨਹੀਂ ਹੈ ਕਿਉਂ ਨਹੀਂ ਮੰਡਲ ਦਾ ਵਾਸਤਾ ਸੀ ਦਲਿਤਾਂ ਨਾਲ ਵਾਸਤਾ ਸੀ ਕਿੰਨੇ ਲੋਕ ਮਾਰੇ ਗਏ ਉਸਨੂੰ ਦੂਸਰੀ ਗੱਲ ਮੰਡਲ ਦਾ ਦਲਿਤ ਦਾ ਕੋਈ ਵਾਸਤਾ ਸਮਝ ਨਹੀਂ ਆ ਰਿਹਾ ਜੇਕਰ ਜੇਕਰ ਕਿਵੇਂ ਇੱਕ ਧੀਰ ਦੇ ਨਾਲ ਧੱਕਾ ਨਹੀਂ ਹੋਇਆ ਤੇ ਹਜ਼ਾਰਾਂ ਸਿੱਖਾਂ ਨੂੰ ਟਾਇਰ ਪਾ ਕੇ ਸਾੜ ਦਿੱਤਾ ਗਿਆ ਉਦੋਂ ਕੀ ਸੀਗਾ ਤੁਸੀਂ ਸਾਨੂੰ ਕਹਿੰਦੇ ਧੱਕਾ ਕੀਤਾ ਗਿਆ ਉਹ ਕੀ ਸੀਗਾ ਤੁਸੀਂ ਉਹਦੀ ਵੀ ਗੱਲ ਕਰੋ ਨਾ ਪ੍ਰੋਫੈਸਰ ਸਾਹਿਬ ਆਹ ਦੇ ਤੁਸੀਂ ਇੱਕ ਮਿੰਟ ਜਿਹੜਾ ਤੁਸੀਂ ਉਸ ਕਾਲੇ ਫੋਨਾਂ 'ਚੋਂ ਦੇ ਤੁਹਾਡੀ ਬੋਲਤੀ ਬੰਦ ਹੋ ਗਈ ਇਹ ਵੀ ਗੱਲ ਇਹ ਵੀ ਗੱਲ ਕਰੋ ਇਹ ਵੀ ਗੱਲ ਕਰੋ ਕੱਟ ਗਿੰਤੀਆਂ ਮੁਸਲਮਾਨਾਂ ਨੂੰ ਕੋਣ ਪੂਜਾ ਰਿਹਾ ਕੁੰਡ ਰਾ ਰਿਹਾ ਇਹ ਵੀ ਗੱਲ ਕਰੋ ਪ੍ਰੋਫੈਸਰ ਸਾਹਿਬ ਤੁਸੀਂ ਫਿਰ ਸਾਰੀ ਇਕੱਠੀ ਗੱਲ ਕਰੋ ਨਾ ਜੇ ਰਾਸ਼ਟਰਵਾਦ ਜ਼ਿਕਰ ਕਰਨਾ ਬਸ ਸਾਰਿਆਂ ਨੂੰ ਇਕੱਠਾ ਕਿਉਂ ਨਹੀਂ ਮੰਨਦੇ ਤੁਸੀਂ ਇੱਕ ਵਾਰ ਵੀ ਮੁਸਲਮਾਨ ਭਾਈਚਾਰੇ ਦਾ ਜ਼ਿਕਰ ਕੀਤਾ ਗਾਰ-ਗਾਰ ਤੁਸੀਂ ਉਸ ਤੋਂ ਵੀ ਆ ਜਾਂਦਾ ਅੱਜ ਸਹਾਰनपुर ਮੇਰਠ ਜਿਹੜਾ ਇਧਰਲਾ ਇਲਾਕਾ ਸਾਰਾ ਹੈਗਾ ਯੂਪੀ ਦੇ ਵਿੱਚ ਅੱਜ ਕਾਲਜ ਉੱਥੇ ਬਣਨੇ ਸ਼ੁਰੂ ਹੋ ਗਿਆ ਅੱਜ ਸਕੂਲ ਉੱਥੇ ਬਣਨੇ ਸ਼ੁਰੂ ਹੋ ਗਿਆ ਅੱਜ ਹਸਪਤਾਲ ਬਣਨੇ ਸ਼ੁਰੂ ਹੋ ਗਏ ਅੱਜ ਤੱਕ ਉੱਥੇ ਐਜੂਕੇਸ਼ਨ ਕਿਉਂ ਨਹੀਂ ਪਹੁੰਚਾਈ ਗਈ ਸੀ ਕਿ 5 ਸਾਲ ਦੀ ਸਰਕਾਰ ਉਸ ਵਾਸਤੇ ਜ਼ਿੰਮੇਵਾਰ ਹੈ 60 ਸਾਲ ਦੀ ਸਰਕਾਰ ਉਸ ਵਾਸਤੇ ਜ਼ਿੰਮੇਵਾਰ ਹੈ ਜਿਹੜਾ 60 ਸਾਲ ਰਾਜ ਕੀਤਾ ਉਹਨਾਂ ਨੇ ਉਹਨਾਂ ਨੂੰ ਦੱਬ ਕੇ ਰੱਖਣ ਦੀ ਕੋਸ਼ਿਸ਼ ਕੀਤੀ ਔਰ ਜਿੱਦਨ ਜਵਾਂ ਵਸੇ ਉੱਤੇ ਬੰਡੋਜਰ ਚੱਲੇ ਸੀਗੇ ਕਿ ਉਦੋਂ ਭਾਰਤੀ ਜਨਤਾ ਪਾਰਟੀ ਸੀ ਸੰਜੇ ગાંધી ਸੀ ਉਸ ਦਿਨ ਕਾਂਗਰਸ ਸਰਕਾਰ ਸੀ ਉਸ ਦਿਨ ਯਾਨੀ ਕਿ ਸਾਰੀ ਸਿਆਸਤ ਹੈ ਉਹ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਕਾਂਗਰਸ ਨੇ ਕਟਿੰਗਾਂ ਤਿਆਂ ਨੂੰ ਆਪਸ ਲੜਾਇਆ ਔਰ ਜਿਹੜੀ ਜਾਤ ਪਾਤ ਦੇ ਸਿਰ ਦੋਤੇ ਇਹਨਾਂ ਨੇ ਇਲੈਕਸ਼ਨ ਲੜੀਆਂ ਔਰ ਜਿੱਦ ਤੱਕ ਗਰੀਬੀ ਹਟਾਉਣ ਦੇ ਨਾਅਰੇ ਤੇ ਇਹਨਾਂ ਇਲੈਕਸ਼ਨ ਸਾਰੀ ਸਿਆਸਤ ਜਿਵੇਂ ਵਾਰਾ ਨਾ ਬੁੱਲਰ ਸਾਹਿਬ ਬੁੱਲਰ ਸਾਹਿਬ ਜੇ ਗੁਜਰਾਤ ਜੇ ਗੁਜਰਾਤ ਦੀ ਗੱਲ ਕਰ ਰਿਹਾ ਉਹ ਫਿਰ ਫਿਰ ਤੁਹਾਡਾ ਵੀ ਜ਼ਿਕਰ ਹੋ ਰਿਹਾ ਜੇ 84 ਦਾ ਜ਼ਿਕਰ ਹੋ ਰਿਹਾ ਕਾਂਗਰਸ ਜ਼ਿਕਰ ਹੋ ਰਿਹਾ ਹਰਿਆਣੇ ਜਿਹੜੇ ਸਰਕਾਰ ਦੇ 2016 ਚ ਕੀ ਹੋਇਆ ਜਿਹੜਾ ਬੰਦਾ ਅੱਜ ਕਰਾ ਦੇ ਸਰਕਾਰ ਦੇ ਸਰਪੰਚ ਦਾ ਜ਼ਿਕਰ ਕਰੋ ਤੁਸੀਂ ਕੀ ਕੀਤੀ ਬਹੁਤ ਤੁਸੀਂ ਆਨਰ ਟੈਂਕ ਕੀ ਦੇਣਾ ਚਾਹੁੰਦੇ ਤੁਸੀਂ ਜ਼ਿਕਰ ਕਰਨਾ ਨਾ ਤੁਸੀਂ ਦੱਸਣਾ ਤੁਸੀਂ ਤਾਂ ਰਾਸ਼ਟਰਵਾਦ ਪ੍ਰਾਪਤੀ ਦੱਸਦੇ ਪਿਓ ਤੁਸੀਂ ਤਾਂ ਤੁਸੀਂ ਦੱਸਣਾ ਮੈਂ ਥੋੜੀ ਹੱਸਣਾ ਤੁਸੀਂ ਰਾਸ਼ਟਰਵਾਦ ਪ੍ਰਾਪਤੀ ਦੱਸਦੇ ਪਿਓ ਅਸੀਂ ਦੱਸਿਆ ਉਹ ਰਾਸ਼ਟਰਵਾਦ ਨਹੀਂ ਕਿਨੇ ਡੜ ਤਾਰੇ ਸੰਧੂ ਡੜ ਤਾਰੇ ਸੰਧੂ ਮੈਂ ਫਿਰ ਵਾਰ-ਵਾਰ ਉਹੀ ਗੱਲ ਦੁਹਰਾ ਰਿਹਾ ਮੈਨੂੰ ਦਰਉਣੀ ਪੈ ਰਹੀ ਹੈ ਵਿਰੋਧੀ ਕਮਜ਼ੋਰ ਹੋਣਾ ਤੇ ਵੈ ਰਾਸ਼ਟਰਵਾਦ ਦਾ ਮੁੱਦਾ ਚੱਲਦਾ ਹੁੰਦਾ ਕੋਈ ਨਹੀਂ ਕੋਈ ਨਹੀਂ ਗੱਲ ਜਿਹੜੀ ਖਤਰੇ ਵਾਲੀਆਂ ਗੱਲਾਂ ਪਤਾ ਕੀ ਹੈ ਸ਼ਾਕਸ਼ੀ ਮੁਨੀਏ ਗੱਲ ਕਹਿੰਦਾ ਕਿ 2024 ਤੋਂ ਬਾਅਦ ਹਿੰਦੁਸਤਾਨ ਚ ਚੋਣਾਂ ਨਹੀਂ ਹੋਣਗੀਆਂ ਖਤਰੇ ਵਾਲੀ ਆ ਗੱਲ ਹੈ ਚਾਹੇ ਉਹ ਰਾਸ਼ਟਰਵਾਦ ਹੈ ਚਾਹੇ ਦੇਸ਼ ਹੈ ਚਾਹੇ ਹਿੰਦੁਸਤਾਨ ਦੇ ਲੋਕ ਤੇ ਤੁਸੀਂ ਇਹ ਲੋਕ ਕਿਉਂ ਨਹੀਂ ਜਾ ਰਹੇ 2024 ਤੋਂ ਬਾਅਦ ਪਾਣੀ ਕਿੰਨਾ ਖਰਾਬ ਹੋ ਜਾਊਗਾ ਮੁਲਕ ਦਾ ਜਾਂ ਤਾਂ ਹੁਣ ਮੈਨੂੰ ਗੱਲ ਕਰ ਬੋਲੋ 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 ਦੂਸਰਾ ਆਰਐਸਐਸ ਦਾ ਲੀਡਰ ਬੋਲਦਾ ਕਹਿੰਦਾ ਵੀ ਹੁਣ ਤੁਸੀਂ ਪਸ਼ਾਵਰ ਲਾਹੌਰ ਸਾਰੇ ਕਰਾਚੀ ਤੱਕ ਜਿਹੜੇ ਆ ਤੁਸੀਂ ਮਕਾਨ ਖਰੀਦ ਸਕੋਗੇ ਦੂਜਾ ਸੁਪਨਾ ਇਹ ਦਿੱਤਾ ਜਾ ਰਿਹਾ ਤੀਸਰਾ ਰਾਸ਼ਟਰਵਾਦ ਦਾ ਸੁਪਨਾ ਦਿੱਤਾ ਜਾ ਰਿਹਾ ਮੰਦਰ ਕਿਉਂਕਿ ਹੁਣ ਗਜੋਸਟ ਹੋ ਗਿਆ ਉਹਦੇ ਤੇ ਗੱਲ ਨਹੀਂ ਚੱਲਦੀ ਕੀ ਔਰ ਹਿੰਦੁਸਤਾਨ ਦਾ ਜਿਹੜਾ ਰਾਜਨੀਤੀ ਦਾ ਧੁਰਾ ਬਣਦਾ ਜਾ ਰਿਹਾ ਉਹ ਲੋਕਾਂ ਦੀ 21ਵੀਂ ਸਦੀ ਕਰਕੇ ਇਸ਼ੂ ਪ੍ਰਤੀ ਜਾਗਰੂਕਤਾ ਵਧੀ ਹੋਈ ਹੈ ਉਸ ਗੱਲ ਤੋਂ ਹੁਣ ਪੈ ਪੀਤਾ ਆਰਐਸਐਸ ਵੀ ਇਹ ਵੀ ਪੈ ਪੀਤਾ ਭਾਜਪੀ ਔਰ ਇਹਨਾਂ ਨੂੰ ਐ ਕਿ ਜੇ 2019 ਹਿੰਦੁਸਤਾਨ ਦੇ ਲੋਕਾਂ ਨੇ ਸਾਨੂੰ ਉਰਾਤਾ ਤਾਂ ਮੁੜ ਕੇ ਫੇਰੇ ਸਾਨੂੰ ਮੂੰਹ ਨਹੀਂ ਲਾਉਣਗੇ ਹੁਣ ਮੈਂ ਇਹਨਾਂ ਨੂੰ ਇੱਕ ਇੱਕ ਐਗਜ਼ਾਮਪਲ ਦੇਣੀ ਚਾਹਣਾ ਇਤਿਹਾਸ ਦੇ ਵਿੱਚੋਂ ਮੈਨੂੰ ਇਹ ਪੁਲਿਸ ਟੋਕਣਾ ਇੱਕ ਮਿੰਟ ਦੇ ਦਿਓ ਹਿੰਦੂ ਮੈਰਜ ਐਕਟ ਡਾਕਟਰ ਅੰਬੇਦਕਰ ਦੀ ਗਵਾਹੀ ਦੇ ਵਿੱਚ ਲਿਆਂਦਾ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਪੰਡੋ ਜਵਾਲਾ ਨਹਿਰੂ ਤੇ ਡਾਕਟਰ ਬੇਦਕਾਰ ਖੜੇ ਹੋਏ ਕਿ Hindu Marriage Act ਹੋਣਾ ਚਾਹੀਦਾ ਬਣਨਾ ਚਾਹੀਦਾ ਸਾਡੀ ਸੋਸਾਇਟੀ ਚ ਬਹੁਤ ਵੱਡਾ ਨਗਾਰ ਹੈ ਸਭ ਤੋਂ ਪਹਿਲਾਂ ਵਿਰੋਧਤਾ ਕਿਹਨੇ ਕੀਤੀ ਆਰਐਸਐਸ ਸਨਾਤਨ ਧਰਮੀਆਂ ਨੇ ਔਰ ਇੱਥੋਂ ਤੱਕ ਕਿ ਪੰਡਤ ਜਵਾਲਾ ਨਹਿਰੂ ਦੇ ਖਿਲਾਫ ਆਂਧਾ ਬਾਦ ਚ ਸਭ ਤੋਂ ਪਹਿਲਾਂ ਇੱਕ ਸਾਧੂ ਖੜਾਇਆ ਜਿਹਨੇ ਜਿਹੜਾ ਜਾ ਕੇ ਕਹਿੰਦਾ ਸੀ ਕਿ ਸਾਨੂੰ Hindu Marriage Act ਨਹੀਂ ਚਾਹੀਦਾ ਜਦੋਂ ਦਬਾਅ ਪਿਆ ਪੰਡਤ ਜਵਾਲਾ ਨਹਿਰੂ ਨੇ ਵੀ ਵੀਕਨੈਸ ਦਿਖਾਈ ਉਨੇ ਕਹੇ ਨੂੰ ਬਾਈ ਪਾਰਟਸ ਚਾਰਾਂ ਚ ਲਿਆਵਾਂਗੇ ਡਾਕਟਰ ਰੰਬੀਦਕਰ ਨੇ ਉਸ ਵੇਲੇ ਅਸਤੀਫਾ ਦੇ ਦਿੱਤਾ ਇਹ ਪਾਰਟ ਆਫ ਐਸਟੀ ਆ ਪੁਲਵਰ ਸਾਹਿਬ ਪੜ ਲਿਓ ਤੁਸੀਂ ਤਾਂ ਬੇਸਿਕ ਜਿਹੜੀਆਂ ਹਿੰਦੂਆਂ ਦੀ ਵੈਲਫੇਅਰ ਦੀ ਠੀਕ ਠੀਕ ਹੈ ਠੀਕ ਹੈ ਸਕੀਮਾਂ ਉਹਨਾਂ ਦਾ ਤਾਂ ਤੁਸੀਂ ਵਿਰੋਧ ਕੀਤਾ ਕੋਣ ਨਹੀਂ ਨਹੀਂ ਆਖਰੀ ਉਦਰਾ ਸਾਹਿਬ ਮੈਂ ਕੇਵੀ ਜੀ ਆਖਰੀ ਉਹ ਦੋਨਾਂ ਦੇ ਦੋਨਾਂ ਨੇ ਖਤਮ ਧਰਮ ਦੇ ਆਜੀ ਐਕਟ ਹੈ ਮੈਰਿਜ ਜਿਹੜੀ ਹੁੰਦੀ ਹੈ ਆਪਣੇ ਸਾਹਿਬ ਅੱਬਾ ਐਸੇ ਮੁੱਦੇ ਤੇ ਰਹਿ ਜਾਗੇ ਸਾਤਾਂ ਧਰਮਾਂ ਵਾਲੇ ਅੱਜ ਵੀ ਉਸੇ ਮੈਪ ਕਰਦੇ ਆ ਦੂਜੇ ਧਰਮਾਂ ਨਾਲ ਮਿਲਣ ਨਹੀਂ ਇੱਕੋ ਬਾਤ ਨਹੀਂ ਮੈਂ ਬੋਲਦਾ ਮੈਨੂੰ ਆਖਰੀ ਆਪੇ ਲੋਕੀ ਫੈਸਲਾ ਕਰ ਲੈ ਲੋਕੀ ਆਪੇ ਫੈਸਲਾ ਆਖਰੀ ਗੱਲ ਕਰ ਲੈਣ ਤੂੰ ਅੱਜ ਵੀ ਸਾਤਾਂ ਧਰਮਾਂ ਦਾ ਬੰਦਰ ਹੈ ਉਸੇ ਤਰੀਕੇ ਨਾਲ ਮੈਰਿਜ ਹੁੰਦੀ ਹੈ ਉਸੇ ਤਰ੍ਹਾਂ ਕਰਦੇ ਨੇ ਛੋਟਾ ਵੱਡਾ ਪਲੀਜ਼ ਪਲੀਜ਼ ਜਿਹੜੇ ਸਰਦਾਰ ਪਟੇਲ ਸਾਹਿਬ ਦੀ ਆਪਣੇ ਅਪਗ੍ਰੇਡ ਕਰ ਲੋ ਨੌਲੇਜ ਜਿਹੜੀ ਸਰਦਾਰ ਪਟੇਲ ਦੀ ਇਹ ਗੱਲ ਕਰ ਰਹੀ ਹੈ ਇਨਾਂ ਨੂੰ ਪੁੱਛੋ ਵੀ ਜਦੋਂ ਨਥੁਰਾਮ ਗੋਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਸਭ ਤੋਂ ਪਹਿਲਾਂ ਹੋਮ ਮਿਨਿਸਟਰ ਜਿਹੜੇ ਆ ਉਹ ਹੀ ਸੀ ਸਰਦਾਰ ਪਟੇਲ ਉਹਨਾਂ ਨੇ ਯਾਰ ਇਸ ਤੇ ਜੀ ਜਰਾ ਲਾਸਟ ਮਿੰਟ ਤੁਹਾਡੇ ਫੋਟੋ ਰਿਸੀਵਦਾਰ ਆ ਇਹ ਤੁਸੀਂ ਸਾਡਾ ਪਹਿਲਾ ਸਵਾਲ ਸੀ ਲਹਿਰ ਕਾਦੀ ਹੈ ਹਾਂ ਮੈਨੂੰ ਦਿਸਦਾ ਇਸ ਦੇਸ਼ ਦੇ ਵਿੱਚ ਲਹਿਰ ਹੈ ਸਵਾਲ ਦਰ ਸਵਾਲ ਦੀ ਸਵਾਲ ਕੀ ਨੇ ਕਿ ਸਰਕਾਰਾਂ ਤੇ ਪਾਰਟੀਆਂ ਬੇਰੋਜ਼ਗਾਰੀ ਦੀ ਗੱਲ ਕਿਉਂ ਨਹੀਂ ਕਰਦੀ ਬੇਰੋਜ਼ਗਾਰੀ ਨੂੰ ਹਲ ਕਿਵੇਂ ਕਰਨਾ ਉਹਦੀ ਗੱਲ ਕਿਉਂ ਨਹੀਂ ਕਰਦੀਆਂ ਡੇਢ ਗੁਣਾ ਦਾਮ ਕਿਸਾਨ ਨੂੰ ਫਸਲ ਦੀ ਲਾਗਤ ਦਾ ਮਿਲਣਾ ਸੀ ਉਹਦੀ ਗੱਲ ਕਿਉਂ ਨਹੀਂ ਕਰਦੇ ਮੋਦੀ ਸਾਹਿਬ ਹਣ ਸਿੱਖਿਆ ਸਵੱਥ ਦੀ ਸਵਾਸਤੀ ਦੀ ਗੱਲ ਕਿਉਂ ਨਹੀਂ ਕਰਦੇ ਜਲ ਜੰਗਲ ਜ਼ਮੀਨ ਦੀ ਗੱਲ ਕਿਉਂ ਨਹੀਂ ਕਰਦੇ ਤੇ ਇਸ ਕਰਕੇ ਸਵਾਲ ਇਹ ਵੀ ਹੈ ਕਿ ਕਿਸਾਨ ਮਜ਼ਦੂਰ ਤੇ ਛੋਟੇ ਵਪਾਰੀ ਦੀ ਗੱਲਾਂ ਕਰਕੇ ਅਸਲੀ ਮੁੱਦਿਆਂ ਤੇ ਚੋਣ ਨੂੰ ਲੈ ਕੇ ਆਓ ਇਹ ਸਭ ਇਹੀ ਲਹਿਰ ਚਲਣੀ ਹੈ ਇੱਕ ਗੱਲ ਵੋਟ ਇੰਡੀਆ ਕਿਹੜੇ ਮੁੱਦੇ ਤੇ ਪਾਊਗਾ ਮੈਂ ਤਾਂ ਮੈਂ ਤਾਂ ਮੇਰੇ ਮੁਲਕ ਦਾ ਇੰਡੀਆ ਆਲਟੀਮੇਟਲੀ ਵੋਟ ਐਸੇ ਮੁੱਦੇ ਤੇ ਪਾਏਗਾ ਕਿ ਜਿਹੜਾ ਕਿਸਾਨ ਦੀ ਗੱਲ ਕਰੇਗਾ ਜਿਹੜੀ ਯੁਵਾ ਦੀ ਗੱਲ ਕਰੇਗਾ ਜਿਹੜਾ ਮਹਿਲਾ ਦੀ ਗੱਲ ਕਰੇਗਾ ਜਿਹੜਾ ਜਲ ਜੰਗਲ ਜ਼ਮੀਨ ਦੀ ਗੱਲ ਕਰੇਗਾ ਜਿਹੜਾ ਇਸ ਦੇਸ਼ ਦੇ ਨੂੰ ਬਦਹਾਲੀ ਤੋਂ ਬਾਅਦ ਨਿਕਲਣ ਦੀ ਕੋਸ਼ਿਸ਼ ਕਰੇਗਾ ਜਿਹੜਾ ਅੰਬਾਨੀ ਅਡਾਨੀ ਦੀ ਕਰਪਸ਼ਨ ਦੇ ਰੋਕ ਲਾਉਣ ਦੀ ਗੱਲ ਕਰੇਗਾ ਦੇਸ਼ ਉਹਦੇ ਵੋਟ ਪਾਏਗਾ ਦੇਸ਼ ਦੇਸ਼ ਉਹਦੀ ਵੀ ਗੱਲ ਕਰੇਗਾ ਜਿਹੜਾ ਚੰਦਰ ਸ਼ੇਖਰ ਨੂੰ ਸਾਰਣਪੁਰ ਦੇ ਵਿੱਚ ਕਿਸ ਤਰ੍ਹਾਂ ਬੰਦੀ ਬਣਾ ਲਿਆ ਜਾਂਦਾ ਹੈ ਦਿਲਿਤਾਂ ਦੀ ਆਵਾਜ਼ ਉਠਾਉਣ ਵਾਲੇ ਉਹ ਦਿਲਿਤ ਵੀ ਪੁੱਛਣਗੇ ਇਸ ਦੇਸ਼ ਦਾ ਆਮ ਪੁੱਛੇਗਾ ਕਿ ਦਿਲਿਤਾਂ ਨਾਲ ਇਤਿਆਚਾਰ ਕਿਉਂ ਹੈ ਏ ਵੀ ਵਿਚਾਰ ਕਰੇਗਾ ਦੇਸ਼ ਇਹ ਵੀ ਪੁੱਛੇਗਾ ਸ਼ਹੀਦਾਂ ਦੇ ਬੁੱਤੀ ਲਾਉਂਗੇ ਕਿ ਉਹਨਾਂ ਦੇ ਵਿਚਾਰਾਂ ਦੇ ਵੀ ਤੁਰੋਂਗੇ ਜਾਂ ਉਹਨਾਂ ਦੇ ਵਿਚਾਰਾਂ ਦੀ ਹੱਤਿਆ ਕਰੋਗੇ ਤੇ ਬੁੱਤ ਲਾਉਂਗੇ ਇਸ ਦੇਸ਼ ਦੇ ਜਿਹੜਾ ਦੇ ਸ਼ਹੀਦਾਂ ਦੇ ਵਿਚਾਰਾਂ ਦੀ ਗੱਲ ਕਰਨਾ ਚਾਹੁੰਦਾ ਬੁੱਤ ਨਾਲ ਸਾਡਾ ਢਿੱਡ ਨਹੀਂ ਪਰਦਾ ਬੁੱਤ ਨਾਲ ਸਾਡਾ ਦੇਸ਼ ਨਹੀਂ ਬਣਦਾ ਵਿਚਾਰਾਂ ਨਾਲ ਬਣਦਾ ਵਿਚਾਰਾਂ ਤੇ ਪੈਰਾਂ ਤੇ ਉਹ ਤੇ ਬੁੱਤ ਬਣਾਓ ਇੱਕ ਲਾਸਟ ਗੱਲ ਸਰ ਜੇ ਆਮ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਜੇ ਇੰਨੀ ਵਧੀਆ ਹੁੰਦੀ ਤੇ ਫਿਰ ਤੋੜ-ਫੋੜ ਦੀ ਪੂਰੀ ਰਾਜਨੀਤੀ ਨਾ ਹੋ ਰਹੀ ਹੁੰਦੀ ਲਗਾਤਾਰ ਜਿਹੜੇ ਬੰਦੇ ਦੂਜੀ ਪਾਰਟੀ 'ਚ ਸੀ ਆਹ ਮੈਂ ਗੱਲ ਕਰ ਰਿਹਾ ਤੋੜ-ਫੋੜ ਦੀ ਰਾਜਨੀਤੀ ਤੋੜ-ਫੋੜ ਦੀ ਰਾਜਨੀਤੀ ਦੋ ਤਰ੍ਹਾਂ ਦੀ ਤੋੜ-ਫੋੜੀ ਦੋ ਤਰ੍ਹਾਂ ਦੀ ਤੋੜ-ਫੋੜੀ ਸਾਲਾਂ ਤੋਂ ਤੋੜ-ਫੋੜ ਦੀ ਰਾਜਨੀਤੀ ਚੱਲੇ ਚੱਲੀ ਜੇਸ ਦੇਸ਼ ਦੇ ਸਭ ਤੋਂ ਉੱਤੇ ਟ੍ਰੈਨਿੰਗ ਨੇ ਚੜਾਏ ਜਾਂਦੇ ਮੈਂ ਇੱਕ ਮਿੰਟ ਮੈਂ ਦੱਸ ਰਿਹਾ ਤੋੜ-ਫੋੜ ਦੀ ਰਾਜਨੀਤੀ ਸਿਆਸੀ ਜੋਰ-ਤੋੜ ਦੀ ਗੱਲ ਕਰਦੇ ਹੋ ਤੁਸੀਂ ਸਿਆਸੀ ਜੋਰ-ਤੋੜ ਦੀ ਗੱਲ ਕਰਦੇ ਹੋ ਜੋੜ-ਤੋੜ ਦੀ ਰਾਜਨੀਤੀ ਕੀ ਹੈ ਜੋੜ-ਤੋੜ ਇੱਕ ਦਿਨ ਦੀ ਗੱਲ ਹੈ ਮੈਂ ਲੀਡਰਾਂ ਨੂੰ ਤੋੜਨ ਦੀ ਤੇ ਤੋੜ-ਫੋੜ ਜਿਹੜੀ ਇਸ ਦੇਸ਼ ਦੇ ਸੋਸ਼ਲ ਫੈਬਰਿਕ ਨੂੰ ਖਤਮ ਕਰਨ ਦੀ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਇਸ ਦੇਸ਼ ਦੇ ਆਵਾਮ ਵੋਟ ਉਸ ਨੇ ਖੇਡਲਾ ਪਾਏਗੀ ਇਹ ਜਵਾਬ ਮੰਗੇਗੀ ਕਿ ਇਸ ਦੇਸ਼ ਨੂੰ ਅਸੀਂ ਬਚਾਣਾ ਹੈ ਤੇ ਤੁਸੀਂ ਤੋੜਨ ਆਏ ਹੋ ਪੰਜ ਸਾਲ ਚ ਤੁਸੀਂ ਤਬਾਹ ਕਰ ਦਿੱਤਾ ਅਸੀਂ ਤੋੜ ਕੇ ਜਵੇਟ ਕਰਵਾ ਰਹੇ ਹਾਂ ਦੱਸੋ ਇਹ ਹੀ ਜਵੇਟ ਇਹ ਚੰਗਾ ਕੀਤਾ ਤੁਸੀਂ ਮੈਨੂੰ ਵੀ ਦੱਸੋ ਇਹ ਚੰਗਾ ਕੀਤਾ ਚੰਗਾ ਕੀਤਾ ਤੁਸੀਂ ਮੈਨੂੰ ਐਸਾ ਮੈਨੂੰ ਵੀ ਨਹੀਂ ਪਤਾ ਸੀਗਾ ਮੈਂ ਕਰਵਾ ਕੀ ਰਿਹਾ ਮੈਨੂੰ ਵੀ ਨਹੀਂ ਪਤਾ ਸੀ ਮੈਂ ਕਰਵਾ ਕੀ ਰਿਹਾ ਬਹੁਤ ਧੰਨਵਾਦ ਪੋਨਰ ਸਾਹਿਬ ਤੁਹਾਡਾ ਗੁਜ਼ਾਰਾ ਸਾਹਿਬ ਤੁਹਾਡਾ ਤਾਰਾ ਸੰਧੂ ਤੁਹਾਡਾ ਬਹੁਤ ਧੰਨਵਾਦ ਪ੍ਰਸਮਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ ਮੇਸ਼ਰ 2019 ਦੇ ਵਿੱਚ ਸਿਆਸਤ ਕਿਹੜੀ ਲਹਿਰ ਤੇ ਸਵਾਰ ਹੈਗੀ ਆ ਜਿਹੜੇ ਸੋਸ਼ਲ ਫੈਬਰਿਕ ਦੀ ਇੱਥੇ ਗ ਤੁਸੀਂ ਲੋਕਾਂ ਨੇ ਸਥਾਪਿਤ ਕਰਨਾ ਆਪਣੀ ਵੋਟ ਦੀ ਤਾਕਤ ਦੇ ਨਾਲ ਆਪਣੀ ਵੋਟ ਦੀ ਤਾਕਤ ਨੂੰ ਸਮਝੋ ਤੇ ਇਹਨਾਂ ਲੋਕਾਂ ਨੂੰ ਸਮਝਾਓ ਜਿਹੜੇ ਤੁਹਾਡੇ ਤੇ ਧਰਮ ਦੇ ਨਾਂ ਤੇ ਸਿਆਸਤ ਕਰਦੇ ਪਏ ਜਿਹੜੇ ਰਾਸ਼ਟਰਵਾਦ ਦੇ ਨਾਂ ਤੇ ਰਾਜਨੀਤੀ ਕਰਦੇ ਪਿਆ ਕਿਉਂਕਿ ਤੁਹਾਡੇ ਅੰਦਰ ਜਜ਼ਬਾ ਹੈਗਾ ਤੁਸੀਂ ਆਪ ਦੇ ਜਜ਼ਬੇ ਨੂੰ ਪਛਾਣਨਾ ਹੈਗਾ ਇਹ ਨਹੀਂ ਤੁਹਾਨੂੰ ਦੱਸਣਗੇ ਕਿ ਤੁਹਾਡੇ ਅੰਦਰ ਕਿਹੜਾ ਜਜ਼ਬਾ ਹੈਗਾ ਬਹੁਤ ਧੰਨਵਾਦ